ਫੁਲਕਾਰੀ ਹੁੰਦੀ ਹੈ ਇੱਕ ਬਾਗ ਹੁੰਦਾ ਹਾਂ ਹਾਂਜੀ ਇਹਨਾਂ ਦੋਨਾਂ ਦੇ ਵਿੱਚ ਲੋਕਾਂ ਨੂੰ ਬਹੁਤਾ ਪਤਾ ਨਹੀਂ ਲੱਗਦਾ ਫੁਲਕਾਰੀ ਤਾਂ ਜਿਵੇਂ ਦੁਪੱਟਾ ਹੈ ਨੋਰਮਲ ਹਾਂ ਬਾਗ ਵੱਡਾ ਹੁੰਦਾ ਬਾਗ ਵੱਡਾ ਚਾਦਰ ਦੇ ਰੂਪ ਵਿੱਚ ਜਿਹੜਾ ਹੈ ਰੂਪ ਚਾਰ ਉਹ ਤਾਂ ਉਸ ਦਾ ਪੂਰਾ ਤੁਹਾਨੂੰ ਸੰਸਾਰਿਕ ਦ੍ਰਿਸ਼ਟੀਕੋਣ ਦੇਖਦੇ ਹਾਂ ਉਹ ਆ ਜਿਹੜਾ ਬਾਬਾ ਬੋਰਡ ਕਹਿੰਦੇ ਹਾਂ ਅਸੀਂ ਮਤਲਬ ਸਭ ਦਾ ਹੀ ਆਸਰਾ ਸੀ ਮਤਲਬ ਉਹਦੇ ਹੇਠ ਹੀ ਸਾਰਾ ਕੁਛ ਲਗਭਗ ਤੈਅ ਹੁੰਦਾ ਸੀ ਪੰਚਾਇਤਾਂ ਨੇ ਜਿਹੜੀਆਂ ਉਹਨਾਂ 'ਚ ਤਿੰਨ ਦਰਖਤ ਮੇਨ ਹੁੰਦੇ ਸੀ ਤਰਵੈਣੀ ਜਿਹੜੀ ਕਹੀ ਜਾਂਦੀ ਸੀ ਬੋਰਡ ਪਿੱਪਲ ਅਤੇ ਨਿੰਮ ਅਤੇ ਨਿੰਮ ਇਹ ਲਾਏ ਜਾਂਦੇ ਸੀ ਪੱਕੇ ਐਨ ਸੈਂਟਰ ਦੇ ਵਿੱਚ ਸਰਾਣਿਆਂ ਦੇ ਉੱਤੇ ਕਢਾਈ ਕੀਤੀ ਹੁੰਦੀ ਹੈ ਚਾਦਰਾਂ ਦੇ ਉੱਤੇ ਕਢਾਈ ਕੀਤੀ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ ਇਹ ਜ਼ਿਆਦਾ ਵੇਖਿਆ ਕਿ ਹੁਣ ਬਹੁਤ ਘੱਟ ਗਿਆ ਰਿਵਾਜ਼ ਇਹ ਪਰ ਹਾਲੇ ਵੀ ਬਹੁਤ ਥਾਵਾਂ 'ਤੇ ਹੈ ਕਿ ਚੁੱਲ੍ਹੇ ਚੌਂਕੇ ਜਿਹੜੇ ਹੁੰਦੇ ਆ ਉੱਥੇ ਉਹਨਾਂ ਦੇ ਉੱਤੇ ਬੜੀਆਂ ਸੋਹਣੀਆਂ ਜਿਹੜੀਆਂ ਮੋਰ ਘੁੱਗੀਆਂ ਬਾਂਟੇ ਲਾ ਕੇ ਅਤੇ ਹੋਰ ਕਲਾਕ੍ਰਿਤੀਆਂ ਬਣਾਈਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਸੱਭਿਆਚਾਰਾਂ ਦੇ ਵਿੱਚ ਸਾਰੇ ਸੱਭਿਆਚਾਰ 'ਚ ਹੁੰਦੀਆਂ ਜਿਹੜੀਆਂ ਲੋਕ ਕਲਾਵਾਂ ਪੈਦਾ ਹੁੰਦੀਆਂ ਇਹਦਾ ਕੀ ਕਾਰਨ ਬਣਦਾ ਪਿਛੋਕੜ ਕੀ ਹੁੰਦਾ ਜਦੋਂ ਅਸੀਂ ਗਰੁੱਪ 'ਚ ਰਹਿਣ ਲੱਗ ਗਏ ਗਰੁੱਪ ਜਦੋਂ ਵਿਹਲਾ ਸੀ ਅਤੇ ਜਿਹੜੇ ਉਹ ਕ੍ਰੀਏਟਿਵਿਟੀ ਕੋਪਰੇਟਿਵਲੀ ਸਾਰੇ ਕੰਮ ਕਰਦੇ ਸੀ ਉਹਦੇ 'ਚੋਂ ਇਹ ਚੀਜ਼ਾਂ ਨਿਕਲੀਆਂ ਅਤੇ ਦੇਸੀ ਘਿਓ ਹੈ ਜਿਹੜਾ ਦੁਨੀਆ 'ਚ ਕਿਤੇ ਨਹੀਂ ਪੈਦਾ ਹੋਇਆ 5000 ਸਾਲ ਪਹਿਲਾਂ ਪੰਜਾਬ ਦੇ ਵਿੱਚ ਪੈਦਾ ਹੋਇਆ ਸੀ ਕਿ ਪ੍ਰਜ਼ਰਵ ਕਿਵੇਂ ਕਰਨਾ ਹੈ ਕਿ ਜੀ ਇਹ ਚਾਦਰਾਂ ਦੇ ਉੱਤੇ ਘੁੱਗੀਆਂ ਮੋਰ ਵੇਲਾਂ ਕੱਢੀਆਂ ਹੋਈਆਂ ਨੇ ਜਾਂ ਚੌਂਕੇ ਦੇ ਉੱਤੇ ਜਿਹੜੇ ਆ ਉਹ ਕੁੱਕੜ ਬਣਾਏ ਹੋਏ ਆ ਬਾਂਟੇ ਜੇ ਲਾਏ ਹੁੰਦੇ ਆ ਦਰੀਆਂ ਦੇ ਵਿੱਚ ਡਿਜ਼ਾਈਨ ਬਣੇ ਦਰੀਆਂ ਦੇ ਵਿੱਚ ਡਿਜ਼ਾਈਨ ਲੋਕਾਂ ਦੇ ਜਿਹੜਾ ਸਾਂਝਾ ਅਨੁਭਵ ਸੀ ਚਾਹੇ ਉਹ ਨੇਚਰ ਦਾ ਚਾਹੇ ਉਹ ਦੁੱਖ ਦਾ ਚਾਹੇ ਉਹ ਜ਼ਿੰਦਗੀ ਦਾ ਚਾਹੇ ਉਹ ਪ੍ਰੇਮ ਦਾ ਉਹਦੇ 'ਚੋਂ ਇਹ ਚੀਜ਼ਾਂ ਨਿਕਲੀਆਂ ਹੋਈਆਂ ਨੇ ਫਿਰ ਉਹਨਾਂ ਨੂੰ ਤੁਸੀਂ ਦੇਖੋ ਨਾ ਕਿ ਉਹਨਾਂ ਨੂੰ ਸ਼ਬਦਾਂ 'ਚ ਢਾਲਣਾ ਗੀਤ ਨੇ ਜਿੰਨੇ ਵਿਆਹਾਂ 'ਚ ਗਾਏ ਜਾਂਦੇ ਨੇ ਦੁੱਖ ਦੇ ਸਮੇਂ ਗਾਏ ਜਾਂਦੇ ਨੇ ਸੁੱਖ ਦੇ ਸਮੇਂ ਗਾਏ ਜਾਂਦੇ ਜਿੰਨੇ ਫੋਕ ਸੌਂਗ ਨੇ ਅੱਗ ਲੱਭ ਲਈ ਬੰਦੇ ਨੇ ਅੱਗ ਦੀ ਪੂਜਾ ਸ਼ੁਰੂ ਕਰ ਲਈ ਅਗਨੀਦੇਵ ਦੀ ਪਹਿਲਾ ਮੰਤਰ ਹੈ ਨਾ ਰਿਗਵੇਦ ਦੇ ਵਿੱਚ ਸਭ ਤੋਂ ਪਹਿਲਾ ਮੰਤਰ ਅਗਨੀਦੇਵ ਨੂੰ ਹੈ ਕਿਉਂਕਿ ਅਗਨੀ ਨਾਲ ਅਸੀਂ ਦੂਜਿਆਂ ਤੋਂ ਲੈਦਾ ਹੋਏ ਅਸੀਂ ਜਦੋਂ ਆਪਣੇ ਆਲੇ ਦੁਆਲੇ ਘਰਾਂ 'ਚ ਮੇਲਿਆਂ ਮਸਾਵਿਆਂ 'ਚ ਸਾਡੇ ਵਿਆਹਾਂ ਸ਼ਾਦੀਆਂ 'ਤੇ ਸਮਾਗਮਾਂ 'ਤੇ ਵਿਚਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਅਸੀਂ ਘਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੜੀਆਂ ਨੇ ਉਹ ਪੂਜਾ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਜਿਵੇਂ ਸਰਾਣਿਆਂ ਦੇ ਉੱਤੇ ਕਢਾਈ ਕੀਤੀ ਹੁੰਦੀ ਹੈ ਚਾਦਰਾਂ ਦੇ ਉੱਤੇ ਕਢਾਈ ਕੀਤੀ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ ਇਹ ਜ਼ਿਆਦਾ ਵੇਖਿਆ ਕਿ ਹੁਣ ਬਹੁਤ ਘੱਟ ਗਿਆ ਰਿਵਾਜ਼ ਇਹ ਪਰ ਹਾਲੇ ਵੀ ਬਹੁਤ ਥਾਵਾਂ 'ਤੇ ਹੈ ਕਿ ਚੁੱਲ੍ਹੇ ਚੌਂਕੇ ਜਿਹੜੇ ਹੁੰਦੇ ਆ ਉੱਥੇ ਉਹਨਾਂ ਦੇ ਉੱਤੇ ਬੜੀਆਂ ਸੋਹਣੀਆਂ ਜਿਹੜੀਆਂ ਮੋਰ ਘੁੱਗੀਆਂ ਬਾਂਟੇ ਲਾ ਕੇ ਅਤੇ ਹੋਰ ਕਲਾਕ੍ਰਿਤੀਆਂ ਬਣਾਈਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਕਿੰਗਰੇ ਬਣਾਏ ਹੁੰਦੇ ਉਹਦੇ ਉੱਤੇ ਸਾਡੇ ਸੱਭਿਆਚਾਰ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡੇ ਨਾਲ ਹਰਿਆਣਾ ਵੀ ਇਹਦੇ ਵਿੱਚ ਸ਼ਾਮਿਲ ਹੈ ਜਦੋਂ ਮੈਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦਾ ਤਾਂ ਪੂਰਾ ਖਿੱਤਾ ਆ ਜਾਂਦਾ ਜਿਹਦੇ ਵਿੱਚ ਪਾਕਿਸਤਾਨ ਦਾ ਖਿੱਤਾ ਵੀ ਸਾਡੇ ਵਿੱਚ ਸ਼ਾਮਿਲ ਹੈ ਜਿੱਥੇ ਤੱਕ ਪੰਜਾਬੀ ਸੱਭਿਆਚਾਰ ਆ ਸਾਡੇ ਕੋਲ ਸੰਮਾਂ ਵਾਲੀ ਡਾਂਗ ਹੁੰਦੀ ਸੀ ਡਾਂਗ ਦੇ ਉੱਤੇ ਕਢਾਈ ਹੋਣੀ ਜਿਹੜੀਆਂ ਦਾਤੀਆਂ ਹੁੰਦੀਆਂ ਸੀ ਦਾਤੀ ਦੇ ਉੱਤੇ ਵੀ ਜਿਹੜੀਆਂ ਨੇ ਉਹ ਅਸੀਂ ਵੇਖਿਆ ਕਿ ਵੇਲਾਂ ਬਣੀਆਂ ਹੋਣੀਆਂ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਅਸੀਂ ਇਹਨਾਂ ਨੂੰ ਕਈ ਵਾਰੀ ਇੰਝ ਦੇਖਦੇ ਹਾਂ ਕਿ ਇਹ ਇੱਕ ਸ਼ੌਕ ਹੈ ਟਾਈਮ ਪਾਸ ਕਰਨ ਦਾ ਢੰਗ ਹੈ ਲੇਕਿਨ ਇਹ ਇਹ ਕੁਝ ਨਹੀਂ ਹੈਗਾ ਇਸ ਤੋਂ ਇਹ ਬਹੁਤ ਪਿੱਛੇ ਹੈ ਬਹੁਤ ਗਾਂਹ ਜਾ ਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਇਹ ਛੋਟੀਆਂ ਛੋਟੀਆਂ ਜਿਹੜੀਆਂ ਕਲਾਵਾਂ ਨੇ ਸਾਡੇ ਜਿਹਦੇ ਵਿੱਚ ਲੋਕ ਗੀਤ ਵੀ ਆ ਜਾਂਦੇ ਆ ਸਾਡਾ ਭੰਗੜਾ ਗਿੱਧਾ ਸੰਮੀ ਇਹ ਆ ਜਾਂਦੇ ਆ ਸਾਡੇ ਸਾਜ਼ ਨੇ ਜਿਹੜੇ ਲੋਕ ਸਾਜ਼ ਤੂੰਬੀ ਹੈ ਢੋਲ ਹੈ ਲਗੋਜੇ ਨੇ ਕਾਟੋ ਹੈ ਇਹਨਾਂ ਦੇ ਉੱਤੇ ਵੀ ਨਿੱਕੀਆਂ ਨਿੱਕੀਆਂ ਜਿਹੜੀਆਂ ਨੇ ਉਹ ਅਸੀਂ ਮੀਨਾਕਾਰੀਆਂ ਵੇਖਦੇ ਹਾਂ ਘਰਾਂ ਦੇ ਵਿੱਚ ਚਾਦਰਾਂ ਫੁਲਕਾਰੀਆਂ ਪੇਟੀਆਂ ਸੰਦੂਕ ਬਹੁਤ ਕੁਛ ਸੋ ਇਹਨਾਂ ਨੂੰ ਸਮਝਣ ਦਾ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਪਿੱਛੇ ਕੀ ਕੁਝ ਖੜਿਆ ਹੋਇਆ ਇਹਦੇ ਕੀ ਅਰਥ ਨੇ ਔਰ ਇਹਦੇ ਲਈ ਅਸੀਂ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਹੋਣਾ ਨੂੰ ਪਹਿਲਾਂ ਜੀ ਆਇਆ ਕਹਿੰਦੇ ਹਾਂ ਭੱਟੀ ਸਾਹਿਬ ਤੁਹਾਨੂੰ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਊਗੀ ਕਿ ਇਹ ਵੀ ਸਮਝਣ ਵਾਲੀ ਗੱਲ ਹੈ
ਚਾਦਰ ਦੇ ਉੱਤੇ ਵੇਲਾਂ ਕੱਢੀਆਂ ਨੇ, ਮੋਰ ਘੁੱਗੀਆਂ ਕੱਢੀਆਂ ਨੇ, ਅਤੇ ਇਹਦੇ 'ਤੇ ਕੀ ਸਮਝਣ ਵਾਲੀ ਗੱਲ ਹੈ? ਪਰ ਤੁਸੀਂ ਜੁੜੇ ਰਹੋ, ਵੇਖਦੇ ਰਹੋ ਸਾਨੂੰ, ਔਰ ਸੁਣੋ ਪੱਟੀ ਸਾਹਿਬ ਨੂੰ। ਪੱਟੀ ਸਾਹਿਬ ਸੋਸ਼ੀਓਲੋਜੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ 'ਚੋਂ ਪ੍ਰੋਫੈਸਰ ਰਿਟਾਇਰ ਹੋਏ ਨੇ। ਇਹਨਾਂ ਨੇ ਜਿਹੜੀ PhD, MPhil, ਇਹਨਾਂ ਦੀ ਰਿਸਰਚ ਜਿਹੜੀ ਹੈ ਉਹ ਗੁੱਗਾ ਜਾਰਾ ਪੀਰ, ਸਖੀ ਸਰਵਰ ਸੀਤਲਾ ਮਾਤਾ, ਖਵਾਜਾ ਪੀਰ ਅਤੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਖੇੜੇ ਬਣੇ ਹੁੰਦੇ ਆ। ਖੇੜੇ ਦਾ ਮਤਲਬ ਹੁੰਦਾ ਖੁਸ਼ੀ, ਲੇਕਿਨ ਇਹਨਾਂ ਦੇ ਅਰਥ ਬੜੇ ਡੂੰਘੇ ਆ। ਸੋ ਇਹਨਾਂ ਨੇ ਇੱਕ ਕਿਤਾਬ ਲਿਖੀ, 3 ਕਿਤਾਬਾਂ ਨੇ, ਪਰ ਇੱਕ ਕਿਤਾਬ ਇਹਨਾਂ ਦੀ ਹੈ ਵੰਡਨਾਮਾ, ਜਿਹੜੀ ਗੁਰਮੁਖੀ ਦੇ ਵਿੱਚ ਵੀ ਹੈ ਅਤੇ ਨਾਲ ਸ਼ਾਹਮੁਖੀ ਦੇ ਵਿੱਚ ਵੀ ਇਹ ਪਬਲਿਸ਼ ਹੋ ਚੁੱਕੀ ਹੋਈ ਹੈ। ਇਹਨਾਂ ਨੇ ਖਾਸ ਤੌਰ 'ਤੇ ਜਿਹੜੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਜੁੜਿਆ ਹੋਇਆ ਜਿਹਨੂੰ ਅਸੀਂ ਕਈ ਵਾਰੀ ਸਹਿਜ ਸੁਭਾਅ ਲੈ ਲੈਂਦੇ ਹਾਂ, ਉਹਦੇ ਉੱਤੇ ਇਹਨਾਂ ਨੇ ਖੋਜ ਕੀਤੀ ਹੈ। ਔਰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੋਰ, ਘੁੱਗੀਆਂ, ਕਾਵਾਂ, ਡਾਂਗਾਂ, ਤਿੱਲੇ ਤਿੱਲੀਆਂ, ਵੇਲਾਂ ਅਤੇ ਅਰਥ ਕੀ ਹੁੰਦੇ ਆ, ਉਹਨਾਂ ਦੇ ਪਿਛੋਕੜ 'ਚ ਕੀ ਖੜਿਆ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੀਆਂ ਸਾਡੇ ਸੱਭਿਆਚਾਰਾਂ ਦੇ ਵਿੱਚ, ਸਾਰੇ ਸੱਭਿਆਚਾਰ 'ਚ ਹੁੰਦੀਆਂ ਜਿਹੜੀਆਂ ਲੋਕ ਕਲਾਵਾਂ ਪੈਦਾ ਹੁੰਦੀਆਂ, ਇਹਦਾ ਕੀ ਕਾਰਨ ਬਣਦਾ, ਪਿਛੋਕੜ ਕੀ ਹੁੰਦਾ ਇਹਦਾ? ਐਕਚੁਅਲੀ ਵੜੈ ਸਾਹਿਬ, ਦੇਖੋ ਗੱਲ ਇਹ ਹੈ ਕਿ ਸੱਭਿਆਚਾਰ ਕਿਉਂ ਬਣਦਾ, ਪਹਿਲੀ ਗੱਲ ਤਾਂ ਇਹ ਹੈ ਲੋਕ ਸੱਭਿਆਚਾਰ ਮੁੱਢਲਾ, ਦੂਜਾ ਸੱਭਿਆਚਾਰ ਜਿਹੜਾ ਹੁਣ ਸ਼ਹਿਰੀ ਜਾਂ ਹੋਰ ਸੱਭਿਆਚਾਰ ਆ ਗਿਆ ਬਾਅਦ ਦੇ ਵਿੱਚ ਆਉਂਦਾ। ਜਦੋਂ ਅਸੀਂ ਜਾਨਵਰਾਂ ਤੋਂ ਵੱਖਰੇ ਹੋ ਕੇ, ਥੋੜ੍ਹੇ ਸਿਆਣੇ ਹੋ ਕੇ ਵੱਸ ਗਏ ਨਾ ਪਿੰਡਾਂ ਦੇ ਵਿੱਚ ਕਹਿ ਲਓ ਜਾਂ ਟ੍ਰਾਈਬਸ ਦੇ ਵਿੱਚ ਕਹਿ ਲਓ, ਤਾਂ ਉਦੋਂ ਸਾਡੇ ਜਿਹੜੇ ਲੋਕ ਨੇ, ਪਹਿਲੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਫਰੀ ਕਰ ਲਿਆ। ਜਾਨਵਰ ਹੈ ਜਿਹੜਾ, ਉਹਦਾ ਜੀਵਨ ਭੁੱਖ ਪਿਆਸ ਨੂੰ ਮਿਟਾਉਣ ਦੇ ਲਈ ਅਤੇ ਸੌਣ ਕਰਨ ਦੇ ਲਈ ਉਹ ਲੰਘਦਾ ਹੈ। ਅਸੀਂ ਗਰੁੱਪਾਂ 'ਚ ਰਹਿਣੇ ਸ਼ੁਰੂ ਹੋ ਗਏ, ਉਹਦੇ ਰੀਜ਼ਨ ਨੇ, ਉਹ ਆਪਾਂ ਕਿਤੇ ਫਿਰ ਡਿਸਕਸ ਕਰਾਂਗੇ। ਪਰ ਜਦੋਂ ਅਸੀਂ ਗਰੁੱਪ 'ਚ ਰਹਿਣ ਲੱਗ ਗਏ, ਗਰੁੱਪ ਜਦੋਂ ਵਿਹਲਾ ਸੀ ਅਤੇ ਜਿਹੜੇ ਉਹ ਕ੍ਰੀਏਟਿਵਿਟੀ, ਕੋਪਰੇਟਿਵਲੀ ਸਾਰੇ ਕੰਮ ਕਰਦੇ ਸੀ, ਉਹਦੇ 'ਚੋਂ ਇਹ ਚੀਜ਼ਾਂ ਨਿਕਲੀਆਂ ਕਿ ਜਿਹੜਾ ਉਹਨਾਂ ਦਾ ਅਨੁਭਵ ਹੈ ਨੇਚਰ ਦੇ ਨਾਲ, ਉਹਦੇ 'ਚ ਡਰ ਸੀ, ਬੱਦਲ ਸੀ, ਉਹਦੇ 'ਚ ਬਿਜਲੀ ਗਿਰਦੀ ਸੀ, ਮਤਲਬ ਬੰਦਾ ਪਹਿਲਾਂ ਬਹੁਤ ਨੇਚਰ ਦੇ ਨੇੜੇ ਵੀ ਸੀ, ਪਰ ਨੇਚਰ ਤੋਂ ਇੱਕ ਕਿਸਮ ਦੇ ਨਾਲ ਕਹਿ ਲਓ ਕਿ ਉਹ ਤੋਂ ਡਰਿਆ ਹੋਇਆ ਸੀ, ਯਾਰ ਉਹਦਾ ਪੁਜਾਰੀ ਵੀ ਬਣ ਗਿਆ ਇੱਕ ਹਿਸਾਬ ਦੇ ਨਾਲ, ਕਿਉਂਕਿ ਸਾਡਾ ਮਾਨਸਿਕ ਵਿਕਾਸ ਪਸ਼ੂਆਂ ਨਾਲੋਂ ਵੱਧ ਸੀ, ਇਸ ਕਰਕੇ ਅਸੀਂ ਵੱਧ ਕ੍ਰੀਏਟਿਵ ਵੀ ਹੋ ਗਏ। ਪਰ ਉਹ ਕ੍ਰੀਏਟਿਵਿਟੀ ਦੇ ਵਿੱਚੋਂ ਦੇਖੋ, ਪਹਿਲੀਆਂ ਜਿਹੜੀਆਂ ਸਾਨੂੰ ਮਿਲਦੀਆਂ ਨੇ ਕੇਵ ਪੇਂਟਿੰਗਸ ਨੇ, ਗੁਫਾਵਾਂ ਦੇ ਵਿੱਚ ਜਿਹੜੀਆਂ ਹੋਈਆਂ ਹੁੰਦੀਆਂ ਨੇ। ਪਹਿਲਾ ਕੰਸਰਨ ਉਹਨਾਂ ਦਾ ਇਹ ਸੀ ਵੀ ਸ਼ਿਕਾਰ ਮਿਲੂਗਾ ਕਿ ਨਹੀਂ ਮਿਲੂਗਾ, ਨਹੀਂ ਤਾਂ ਭੁੱਖੇ ਮਰ ਜਾਵਾਂਗੇ। ਸੋ ਉਹਦੇ 'ਚ ਜਾਨਵਰਾਂ ਦੀਆਂ ਨੇ, ਤੁਸੀਂ ਦੇਖੋਗੇ ਸਾਰੇ ਜਿਹੜੇ ਫਿਕਰ ਸੀ, ਸਾਰੀਆਂ ਜਿਹੜੀਆਂ ਉਹਨਾਂ ਦੀ ਇਨਸਿਕਿਉਰਟੀ ਸੀ, ਉਹਨਾਂ ਦੇ ਉੱਪਰ ਜਦੋਂ ਰਿਫਲੈਕਟ ਕਰਦੇ ਸੀ, ਸੋਚਦੇ ਸੀ, ਤਾਂ ਉਹਦੇ 'ਚੋਂ ਕ੍ਰੀਏਟਿਵਿਟੀ ਨਿਕਲਦੀ ਸੀ। ਸੋ ਜਿੰਨੇ ਤੁਹਾਨੂੰ ਪੁਰਾਣੀਆਂ ਕਥਾਵਾਂ, ਮਾਈਥੋਲੋਜੀ ਸਾਰੀ ਮਿਲੂਗੀ, ਉਹ ਉਹ ਨੇ ਕਿ ਜਿਹੜੇ ਸਾਡੇ ਬੁਨਿਆਦੀ ਜੀਵਨ ਦੇ ਕੰਸਰਨ ਨੇ ਉਹਦੇ ਨਾਲ ਜੁੜੇ ਹੋਏ ਨੇ, ਵੱਡੇ ਧਰਮ ਵੀ, ਈਵਨ ਜਿਹੜਾ ਲੋਕ ਧਰਮ ਵੀ, ਵੀ ਜਨਮ ਕਿਵੇਂ ਹੁੰਦਾ, ਬੰਦਾ ਪੈਦਾ ਕਿਉਂ ਹੁੰਦਾ ਫੋਰ ਇੰਸਟਾਂਸ। ਫਿਰ ਉਹਦੀ ਮੈਰਿਜ ਦਾ ਸਵਾਲ ਆ ਗਿਆ, ਕਿਉਂਕਿ ਪਸ਼ੂਆਂ 'ਚ ਤਾਂ ਮੈਰਿਜ ਹੈ ਨਹੀਂ, ਇਹ ਤਾਂ ਅਸੀਂ ਸ਼ੁਰੂ ਕੀਤਾ ਕੰਮ, ਇਹਦੇ ਨਾਲ ਅਸੀਂ ਆਪਣੇ ਆਪ 'ਤੇ ਪਾਬੰਦੀਆਂ ਬਹੁਤ ਸਾਰੀਆਂ ਲਾ ਲਈਆਂ ਵੀ ਇੱਥੇ ਮੈਰਿਜ ਕਰਨੀ ਹੈ, ਇੱਥੇ ਨਹੀਂ ਕਰਨੀ, ਜਾਂ ਇਹ ਪ੍ਰੈਫਰੇਬਲ ਹੈ, ਇਹ ਬਿਲਕੁਲ ਅਵੋਇਡੇਬਲ ਹੈ, ਮਤਲਬ ਇੱਦਾਂ ਦਾ ਸਾਡਾ ਸਿਸਟਮ ਬਣਿਆ। ਉਹ 'ਚ ਕੀ ਸੀ, ਅਸੀਂ ਸੈਕਸ ਨਾਲ ਓਬਸੈਸਡ ਹੋ ਗਏ, ਕਿਉਂਕਿ ਪਾਬੰਦੀ ਜਿਹੜੀ ਚੀਜ਼ 'ਤੇ ਲੱਗੂਗੀ ਉਹਨੂੰ ਮਨ ਤੋੜਨਾ ਵੀ ਚਾਹੂਗਾ, ਉਹ 'ਚੋਂ ਸਾਰੀਆਂ ਲਵ ਸਟੋਰੀਜ਼, ਹੋਰ ਜਾਨਵਰਾਂ 'ਚ ਕੋਈ ਲਵ ਸਟੋਰੀਜ਼ ਨਹੀਂ ਹੁੰਦੀਆਂ। ਆਪਣੇ ਜਿਹੜੀਆਂ ਅਜੰਤਾ ਲੋਰਾ ਦੀਆਂ ਗੁਫਾਵਾਂ ਨੇ, ਉਹ ਇਸੇ 'ਚੋਂ ਨਿਕਲੀਆਂ, ਹੈ ਨਾ, ਇਸੇ 'ਚੋਂ ਨਿਕਲੀਆਂ ਕਿ ਹਿਊਮਨ ਬੋਡੀ ਹੈ ਜਿਹੜੀ, ਉਹਦੇ ਨਾਲ ਜਿਹੜਾ ਓਬਸੈਸ਼ਨ ਹੈ, ਉਹਦੀ ਖੂਬਸੂਰਤੀ ਹੈ ਜਿਹੜੀ, ਜਿੰਨੇ ਪੁਰਾਣੇ ਬੁੱਤ ਬਣੇ, ਹੋਰ ਹੋਇਆ, ਫਿਰ ਮੌਤ ਸੀ। ਜੀਵਨ, ਜਨਮ, ਵਿਆਹ ਅਤੇ ਮੌਤ, ਇਹ 3 ਤੱਥ ਨੇ, ਸਾਈਕਲ ਹੈ ਜਿਹੜਾ, ਜਿਹੜੇ ਹਰ ਇੱਕ ਨੂੰ ਹੀ ਹੰਢਾਉਣੇ ਹੀ ਪੈਣੇ ਨੇ ਉਸ ਹਿਸਾਬ ਦੇ ਨਾਲ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਇਹਨਾਂ ਦੇ ਉੱਪਰ ਜਦੋਂ ਅਸੀਂ ਕੁਲੈਕਟਿਵਲੀ, ਸਾਡੇ ਲੋਕ ਪਹਿਲੇ ਨੇ ਨਾ ਜਿਹੜੇ ਟ੍ਰਾਈਬਸ ਦਾ, ਤੁਸੀਂ ਦੇਖੋ ਨਾ, ਹੁਣ ਆ ਤਾਂ ਇੰਡੀਵਿਜੁਅਲਿਜ਼ਮ ਦਾ ਹੁਣ ਆਇਆ ਹੈ, ਪਹਿਲਾਂ ਇੰਡੀਵਿਜੁਅਲ ਦਾ ਸਵਾਲ ਨਹੀਂ ਸੀ, ਟ੍ਰਾਈਬਸ ਦੇ ਕਬੀਲੇ ਸੀਗੇ, ਕਬੀਲੇ ਦਾ ਹਿੱਸਾ ਬੰਦਾ ਉਵੇਂ ਸੀ ਜਿਵੇਂ ਮੱਖੀਆਂ ਮਤਲਬ ਝੁੰਡ ਦਾ ਹਿੱਸਾ ਹੁੰਦੀਆਂ ਨੇ ਜਾਂ ਕੀੜੀਆਂ ਹੁੰਦੀਆਂ ਨੇ, ਇੱਦਾਂ ਹੀ ਸੀ ਉਹ, ਅਤੇ ਉਹ ਕ੍ਰੀਏਟਿਵਿਟੀ ਵੀ ਇਕੱਠਿਆਂ ਦੀ ਸੀ ਉਹਨਾਂ ਦੀ। ਸੋ ਸਾਰੇ ਪੁਰਾਣੇ ਗੀਤ ਤੁਸੀਂ ਸੁਣੋਗੇ, ਟ੍ਰਾਈਬਲ ਜਿੰਨੇ ਸੌਂਗ ਨੇ, ਉਹਨਾਂ ਦੇ ਕੰਸਰਨ ਵੀ ਬਿਲਕੁਲ ਬੁਨਿਆਦੀ ਨੇ, ਪਰ ਉਹ ਤਰਜ਼ਾਂ ਵੀ ਹੁਣ ਤੱਕ ਸਾਨੂੰ ਤਾਂ ਹੀ ਅਪੀਲ ਕਰਦੀਆਂ ਨੇ ਉਹ, ਕਿਉਂਕਿ ਬਹੁਤ ਸਦੀਆਂ ਦੇ ਉਹਦੇ 'ਚੋਂ ਨਿਕਲੀਆਂ ਨੇ ਉਹ। ਈਵਨ ਜਿਹੜਾ ਰੱਬ ਦਾ ਕੌਨਸੈਪਟ ਹੈ ਜਾਂ ਜਿਹੜੇ ਵੇਦ ਅਸੀਂ ਕਹਿੰਦੇ ਹਾਂ ਜੀ ਰਚੇ ਗਏ, ਜਿੰਨਾ ਧਰਮ ਦੇ ਉੱਪਰ ਜਿੰਨੀ ਰਿਫਲੈਕਸ਼ਨ ਹੋਈ, ਉਹ ਵੀ ਕੁਲੈਕਟਿਵ ਹੈ, ਅੱਗ ਲੱਭ ਲਈ ਬੰਦੇ ਨੇ,
अग की पूजा शुरू कर ली। अग्निदेव की पहला मंत्र है ना ऋग्वेद के, सब तो पहला मंत्र अग्निदेव नूं है, क्योंकि अग्नि नाल असीं दूजियां तों लैदा होए, असीं दिन नूं मतलब रात नूं होर पिछे लै गए अग्नि नाल, नहीं तो दिन चढ़िया तो साडा जीवन शुरू हुंदा सी जदों छिप गया तो खत्म हो गया, पर असीं दूजियां तों वक्खरे हो गए फिर रात नूं। और पहलियां रिचुअल्स ने जिहड़ियां मशालां बाल के होर, और हुण तक अग्नि दा जोत दा कंसैप्ट अज तक कोई धर्म ऐसा नहीं जिहड़ा जोत तों बिना कोई रिचुअल ऐसे नहीं। अजकल अज वी वेखो ओलंपिक वी शुरू हुंदियां ने तां जोत तों शुरू हुंदियां ने, मशाल तों शुरू हुंदियां ने, कॉमनवेल्थ गेम शुरू हुंदियां ने तां मशाल नाल शुरू हुंदियां ने। ਉਹ ਤਾਂ ਛੱਡੋ, ਈਵਨ ਪ੍ਰੋਟੈਸਟ ਜਿਹੜਾ ਕਰਨਾ ਉਹ ਵੀ ਮਿਸਾਲ ਨਾਲ, ਪੁਤਲੇ ਸਾੜ ਕੇ, ਚਾਹੇ ਉਹ ਪ੍ਰਧਾਨ ਮੰਤਰੀ ਦੇ ਸਾੜਨੇ ਹੋਣ, ਚਾਹੇ ਕਿਸੇ ਲੀਡਰ ਦੇ ਸਾੜਨੇ ਹੋਣ, ਚਾਹੇ ਕਿਸੇ ਦੇ ਸਾੜ। ਦਿਵਾਲੀ ਪੂਰਾ ਇੱਕ ਹੈ ਹੀ ਲੈਂਪਸ ਦਾ, ਇਵੇਂ ਯਹੂਦੀਆਂ ਦਾ ਇੱਕ, ਬਹੁਤ ਸਾਰੇ ਜਿਹੜੇ ਮਤਲਬ ਫੈਸਟੀਵਲ ਨੇ ਉਹ ਲੈਂਪ ਬਾਲਣ ਦੇ ਨੇ ਉਹ। ਸੋ ਇਹ ਚੀਜ਼ਾਂ ਨੇ ਜਿਹੜੀਆਂ, ਸੋ ਇਹ ਕਿ ਇਸ ਤਰ੍ਹਾਂ ਹੌਲੀ ਹੌਲੀ ਉਹ ਜਿਹੜਾ ਸਾਡੀਆਂ ਕਬੀਲਿਆਂ 'ਚ ਰਹਿਣ ਕਰਕੇ, ਇਕੱਠੇ ਰਹਿਣ ਕਰਕੇ ਜਿਹੜੇ ਸਾਡੀ ਕਾਰਵਾਈਆਂ ਰਹੇ ਕਾਰਜ, ਉਹਨਾਂ 'ਚੋਂ ਹੀ ਕਲਾਵਾਂ ਬਣੀਆਂ ਨੇ। ਮਤਲਬ ਜਿਹੜਾ ਸਾਡਾ ਅਨੁਭਵ ਹੈ ਨਾ, ਅਸੀਂ ਇਹ ਸਿੱਖ ਲਿਆ ਸਾਡੇ ਪੁਰਾਣੇ ਬੰਦਿਆਂ ਨੇ, ਜਿਵੇਂ ਹੁਣ ਆਪਾਂ ਬੋਲ ਰਹੇ ਹਾਂ, ਜਿਹੜੇ ਸਾਡੇ ਵੋਕਲ ਕੋਰਡ ਨੇ ਇਹ ਬੇਸਿਕਲੀ ਸਾਊਂਡ ਲਈ ਨਹੀਂ ਸੀ ਬਣੇ, ਇਹ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਹੌਲੀ ਹੌਲੀ ਇਹ 'ਚੋਂ ਸਾਊਂਡਸ ਕੱਢਣੀਆਂ ਸ਼ੁਰੂ ਕਰੀਆਂ। ਇਸ ਕਿਸਮ ਦੀਆਂ ਵੀ ਇੱਥੇ ਖਤਰਾ, ਜਾਨਵਰ ਵੀ ਕੱਢਦੇ ਨੇ, ਉਹਨਾਂ ਦੀ ਵੀ ਬੋਲੀ ਬੜੀ ਲਿਮਿਟਡ ਹੈ ਉਹ, ਵੀ ਇੱਥੇ ਖਤਰਾ ਹੈ, ਇੱਥੇ ਖਾਣਾ ਮਿਲ ਜਾਊਗਾ, ਇੱਥੇ ਇਹ ਚੀਜ਼ ਹੈ, ਹੌਲੀ ਹੌਲੀ ਇਹਦੇ 'ਚੋਂ ਇੱਕ ਪੂਰਾ ਇੱਕ ਸਿਸਟਮ ਵਿਕਸਿਤ ਹੋ ਗਿਆ। ਔਰ ਉਹ ਇੰਨਾ ਵਿਕਸਿਤ ਹੋਇਆ ਵੀ 10,000 ਭਾਸ਼ਾਵਾਂ ਪਿੱਛੇ ਜੇ ਤੱਕ ਸੀਗੀਆਂ ਜਿਹੜੀਆਂ ਲੋਕ ਬੋਲਦੇ ਸੀ, ਇੰਟਰਨੈਟ ਨੇ ਆ ਕੇ ਖਤਮ ਕਰਤੀਆਂ ਉਹ। ਪਰ ਬੋਲੀ ਹੈ ਜਿਹੜੀ, ਮਤਲਬ ਇਹ ਸਾਡੀ ਕ੍ਰੀਏਸ਼ਨ ਹੈ, ਇਹ ਨੇਚੁਰਲ ਨਹੀਂ ਹੈ, ਇਹ ਕਲਚਰਲ ਹੈ, ਕਲਚਰਲ। ਸੋ ਆਪਣੇ ਪੰਜਾਬੀ ਸੱਭਿਆਚਾਰ ਦੀ ਜੇ ਆਪਾਂ ਗੱਲ ਕਰਦੇ ਹਾਂ, ਜਿਵੇਂ ਸੱਭਿਆਚਾਰ ਤੋਂ ਮੈਂ ਆਪਣੇ ਪੰਜਾਬੀ ਸੱਭਿਆਚਾਰ ਵਾਲੀ ਆਵਾਂ, ਕਿਉਂਕਿ ਆਪਾਂ ਇੱਥੇ ਗੱਲ ਕੰਸਨਟ੍ਰੇਟ ਕਰਦੇ ਹਾਂ, ਕਲਾਵਾਂ ਦੇ ਸਾਡੇ ਕਿਹੜੇ ਕਿਹੜੇ ਰੂਪ ਹੈਗੇ ਇਹਦੇ ਵਿੱਚ, ਅਸੀਂ ਜਿਹੜੇ ਸਮਝਦੇ ਹਾਂ ਕਿ ਇਹਨਾਂ ਨੂੰ ਅਸੀਂ ਕਲਾਵਾਂ ਮੰਨ ਸਕਦੇ ਹਾਂ, ਇਹਦੇ ਵਿੱਚੋਂ ਅਸੀਂ ਕੋਈ ਨਾ ਕੋਈ ਜ਼ਿੰਦਗੀ ਦੇ ਤੱਥ ਜਿਹੜੇ ਕੱਢਣੇ ਹੁੰਦੇ ਆ। ਦੇਖੋ ਜਦੋਂ ਅਸੀਂ ਨੇਚਰ ਤੋਂ ਹਟ ਕੇ ਰੀਕ੍ਰੀਏਟ ਕਰਦੇ ਹਾਂ ਕੁਛ ਵੀ, ਬੇਸਿਕਲੀ ਉਹ ਕਲਾ ਬਣ ਜਾਂਦੀ ਹੈ, ਚਾਹੇ ਉਹ ਆਪਣੇ ਸਰੀਰ ਦੀ ਵੀ ਹੈ, ਈਵਨ ਖਾਣੇ ਬਣਾਉਣਾ ਵੀ ਕਲਾ ਹੈ ਇੱਕ। ਬਿਲਕੁਲ, ਮਤਲਬ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਮੈਨੂੰ ਇਹ ਬੜੀ ਦੇਰ ਬਾਅਦ ਪਤਾ ਲੱਗਿਆ, ਔਰ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਨਹੀਂ ਪਤਾ। ਖੈਰ, ਇਹ ਜਿਹੜਾ ਏਰੀਆ ਇੱਥੇ ਪਸ਼ੂ ਪਾਲਣ ਪਹਿਲਾਂ ਸ਼ੁਰੂ ਹੋਇਆ, ਪਸ਼ੂ ਪਾਲਣ ਦੇ ਵਿੱਚ ਦੁੱਧ ਸ਼ੁਰੂ ਹੋ ਗਿਆ, ਮਿਲਕ ਪ੍ਰੋਡਕਟਸ ਨੇ ਜਿਹੜੀਆਂ, ਮਤਲਬ ਦੇਸੀ ਘਿਓ ਹੈ ਜਿਹੜਾ ਦੁਨੀਆ 'ਚ ਕਿਤੇ ਨਹੀਂ ਪੈਦਾ ਹੋਇਆ, 5,000 ਸਾਲ ਪਹਿਲਾਂ ਪੰਜਾਬ ਦੇ ਵਿੱਚ ਇਹ ਪੈਦਾ ਹੋਇਆ ਸੀ ਕਿ ਪ੍ਰਿਜ਼ਰਵ ਕਿਵੇਂ ਕਰਨਾ ਇਹਨੂੰ, ਮਿਲਕ ਪ੍ਰੋਡਕਟਸ ਨੂੰ, ਕਿਉਂਕਿ ਖਰਾਬ ਹੋ ਜਾਂਦੀਆਂ ਸੀ। ਬਿਲਕੁਲ, ਦੁੱਧ ਅਤੇ ਦਹੀਂ ਕਿੰਨੀ ਕੁ ਦੇਰ ਰਹਿ ਸਕਦੇ ਨੇ, ਉਹਨੂੰ ਉਬਾਲ ਕੇ ਉਹਦੀ ਮਲਾਈ ਬਣਾ ਕੇ, ਮਤਲਬ ਯੂਜ਼ ਸਾਰੀ ਦੁਨੀਆ ਕਰਦੀ ਹੈ, ਜਿਹਨੂੰ ਘਿਓ ਤੱਕ ਲੈ ਜਾਣਾ, ਜਿਹਨੂੰ ਪ੍ਰੋਸੈਸਿੰਗ ਕਹਿੰਦੇ ਆ, ਜਿਹਨੂੰ ਫੂਡ ਪ੍ਰੋਸੈਸਿੰਗ ਕਹਿੰਦੇ ਆ। ਪਰ ਉਹ ਦੇਸੀ ਘਿਓ ਹੈ ਜਿਹੜਾ, ਉਹ ਸਾਰੀਆਂ ਰਿਚੁਅਲਸ, ਅੱਗ ਤੋਂ ਬਾਅਦ ਅਗਲਾ ਸਟੈਪ ਉਹ ਸੀ ਕਿ ਘਿਓ ਦੇ ਦੀਵੇ, ਘਿਓ ਦੇ ਦੀਵੇ ਜਾਲਣੇ, ਕਿ ਘਿਓ ਦੀਆਂ ਜੋਤਾਂ, ਜੋਤਾਂ, ਮਤਲਬ ਇਹ ਸਾਡੇ ਜੁੜ ਗਈਆਂ ਉਹਦੇ ਨਾਲ। ਸੋ ਇਹ ਕਲਾਵਾਂ ਨੇ, ਅੱਜ ਕੱਲ ਹਵਨ 'ਚ ਜਿਵੇਂ ਪਾਇਆ ਜਾਂਦਾ ਹੈ, ਸਮੱਗਰੀ ਦਾ ਪ੍ਰਾਇਮਰੀ ਚੀਜ਼ ਦੇਸੀ ਘਿਓ, ਜਦੋਂ ਬੰਦਾ ਮਰ ਜਾਂਦਾ ਉਹਦੇ ਮੂੰਹ ਨੂੰ ਵੀ ਉਹੀ ਲਾਇਆ ਜਾਂਦਾ, ਘਿਓ ਲਾਇਆ ਜਾਂਦਾ, ਛੋਟੀਆਂ ਛੋਟੀਆਂ, 100 ਚਾਚਾ 1 ਪਿਓ, 100 ਦਾਰੂ 1 ਘਿਓ, ਘਿਓ। ਸੋ ਇਹ ਆ ਵੀ ਘਿਓ ਦੀ ਇੰਨੀ ਵੱਡੀ ਮਹੱਤਤਾ ਹੈਗੀ ਆ, ਮਤਲਬ ਇਹ ਕਲਾਵਾਂ ਹੀ ਨੇ। ਇਹ ਜਿਵੇਂ ਆਪਾਂ ਗੱਲ ਕੀਤੀ, ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਇਹ ਕਲਾਵਾਂ ਨੇ, ਇਹਨਾਂ ਨੂੰ ਅਸੀਂ ਆਮ ਲੋਕ ਤਾਂ ਇੰਝ ਹੀ ਵੇਖ ਲੈਂਦੇ ਹਾਂ ਕਿ ਜੀ ਇਹ ਚਾਦਰਾਂ ਦੇ ਉੱਤੇ ਘੁੱਗੀਆਂ ਮੋਰ ਵੇਲਾਂ ਕੱਢੀਆਂ ਹੋਈਆਂ ਨੇ, ਜਾਂ ਚੌਂਕੇ ਦੇ ਉੱਤੇ ਜਿਹੜੇ ਆ ਉਹ ਕੁੱਕੜ ਬਣਾਏ ਹੋਏ ਆ, ਬਾਂਟੇ ਜੇ ਲਾਏ ਹੁੰਦੇ ਆ, ਦਰੀਆਂ ਦੇ ਵਿੱਚ ਡਿਜ਼ਾਈਨ ਬਣੇ, ਦਰੀਆਂ ਦੇ ਵਿੱਚ ਡਿਜ਼ਾਈਨ ਆ, ਅਤੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਨੇ ਉਹ ਡਾਂਗਾਂ ਵੀ ਬਣਾਈਆਂ ਹੁੰਦੀਆਂ ਨੇ, ਸ਼ੇਰ ਬਣਾਏ ਹੁੰਦੇ ਆ, ਹੈ ਨਾ। ਇਹਨਾਂ ਦਾ ਬੜੀ ਸਾਹਿਬ ਆਮ ਬੰਦਾ ਨਹੀਂ ਸਮਝਦਾ ਇਹਨਾਂ ਗੱਲਾਂ ਨੂੰ, ਉਹ ਤਾਂ ਕਲਾ ਤੱਕ ਸੀਮਤ ਹੈ ਜਾਂ ਕਰਨ ਤੱਕ ਹੈ। ਇਹ ਬੜਾ ਸਾਹਿਬ ਇਹ ਹੈ ਕਿ ਮੈਨੂੰ ਨਹੀਂ ਸੀ ਇਹ ਪਤਾ, ਜਦੋਂ ਮੈਂ ਪੜ੍ਹਨਾ ਸ਼ੁਰੂ ਕਰਿਆ ਨਾ, ਸੋਸ਼ਲ ਐਂਥਰੋਪੋਲੋਜੀ 'ਚ ਅਸੀਂ ਇੱਕ ਗੱਲ ਕਹਿੰਦੇ ਹਾਂ ਕਿ ਜਦੋਂ ਬੰਦਾ ਐਂਥਰੋਪੋਲੋਜੀਕਲੀ ਕਿਸੇ ਚੀਜ਼ ਨੂੰ ਦੇਖਦਾ, ਪਹਿਲਾਂ ਉਹ ਡਿਟੈਚ ਕਰਦਾ ਉਹਦੇ ਨਾਲੋਂ, ਪਿੱਛੇ ਹਟ ਕੇ ਫਿਰ ਦੇਖਦਾ, ਨਹੀਂ ਤਾਂ ਸਾਡੀ ਨੇਚੁਰਲ ਕੰਡੀਸ਼ਨਿੰਗ ਹੋਈ ਹੁੰਦੀ ਹੈ, ਸਾਨੂੰ ਇਹ ਲੱਗਦਾ ਵੀ ਤਾਂ ਜੁੱਗਾਂ ਜੁੱਗਾਂ ਤੋਂ ਐਂ ਚੱਲ ਰਿਹਾ, ਅੰਬਾਂ ਨੂੰ ਅੰਬੇ ਹੀ ਲੱਗਣੇ ਨੇ। ਮੈਂ ਵੀ ਭੱਟੀ ਸਾਹਿਬ ਜਦੋਂ ਤੱਕ ਤੁਹਾਡੇ ਨਾਲ ਗੱਲ ਹੋਈ ਸੀ, ਉਦੋਂ ਪਹਿਲਾਂ ਮੈਂ ਵੀ ਇਹੀ ਸਮਝਦਾ ਸੀ ਵੀ ਠੀਕ ਕੁਦਰਤੀ ਹੋਈ ਹੈ, ਵੀ ਵਿਹਲੇ ਬੈਠੀਆਂ ਕੁੜੀਆਂ ਪਿੰਡਾਂ 'ਚ ਹੁੰਦੀਆਂ ਸੀ, ਵੀ ਉਹਨਾਂ ਨੂੰ ਕਹੇ ਵੀ ਕੰਮੇ ਲਾ ਛੱਡੋ, ਬਾਹਰ ਨਾ ਨਿਕਲਣਾ। ਨਹੀਂ ਨਹੀਂ ਨਹੀਂ, ਇੱਦਾਂ ਨਹੀਂ ਹੈ, ਇਹ ਤਾਂ ਇਹ ਪਿੱਛੇ ਤਾਂ ਪੂਰਾ ਮੀਨਿੰਗ ਹੈ ਹਰ ਚੀਜ਼ ਦੇ ਵਿੱਚ, ਕਿਉਂਕਿ ਉਹ ਲੋਕਾਂ ਦੇ ਜਿਹੜਾ ਸਾਂਝਾ ਅਨੁਭਵ ਸੀ, ਚਾਹੇ ਉਹ ਨੇਚਰ ਦਾ, ਚਾਹੇ ਉਹ ਦੁੱਖ ਦਾ, ਚਾਹੇ ਉਹ ਜ਼ਿੰਦਗੀ ਦਾ, ਚਾਹੇ ਉਹ ਪ੍ਰੇਮ ਦਾ, ਉਹਦੇ 'ਚੋਂ ਇਹ ਚੀਜ਼ਾਂ ਨਿਕਲੀਆਂ ਹੋਈਆਂ ਨੇ। ਫਿਰ ਉਹਨਾਂ ਨੂੰ ਤੁਸੀਂ ਦੇਖੋ ਨਾ ਕਿ ਉਹਨਾਂ ਨੂੰ ਸ਼ਬਦਾਂ 'ਚ ਢਾਲਣਾ, ਗੀਤ ਨੇ ਜਿੰਨੇ ਵਿਆਹਾਂ 'ਚ ਗਾਏ ਜਾਂਦੇ ਨੇ, ਦੁੱਖ ਦੇ ਸਮੇਂ ਗਾਏ ਜਾਂਦੇ ਨੇ, ਸੁੱਖ ਦੇ ਸਮੇਂ ਗਾਏ ਜਾਂਦੇ, ਜਿੰਨੇ ਫੋਕ ਸੌਂਗ ਨੇ,
ਅੱਜ ਜਿੰਨੇ ਮਰਜ਼ੀ ਗੀਤ ਤੁਸੀਂ ਲਿਖ ਲਓ, ਇਹ ਸਾਰੇ ਉਹਨਾਂ ਦੇ ਆਧਾਰਿਤ ਨੇ, ਬਿਲਕੁਲ ਸਾਰੇ ਸੂਫੀਆਂ ਦੇ ਵੀ ਉਹਨਾਂ ਦੇ ਆਧਾਰਿਤ ਨੇ, ਥੀਮ ਸਾਰੇ ਉੱਥੋਂ ਆਉਂਦੇ ਨੇ ਚੱਲ ਕੇ। ਮਤਲਬ ਉਹ ਪਹਿਲਾਂ ਇਹ ਹੈ ਕਿ ਕੁਛ ਲੋਕਾਂ ਦਾ ਕੁਲੈਕਟਿਵ ਜੀਵਨ, ਭਾਈਚਾਰਕ ਜੀਵਨ ਵੱਧ ਸੀਗਾ, ਹੁਣ ਹੌਲੀ ਹੌਲੀ ਘੱਟ ਗਿਆ। ਉਹ ਤੁਸੀਂ ਪਿੱਛੇ ਜੇ ਇੱਕ ਬੋਲੀ ਪਾਉਂਦੇ ਹੁੰਦੇ ਸੀ ਨਾ, ਸੁਣਿਆ ਹੋਣਾ ਕਿ ਖੂਹਾਂ ਟੋਭਿਆਂ 'ਤੇ ਮਿਲਣੇ ਰਹਿ ਗਏ ਚੰਦਰੇ ਲੋਆਲੇ ਨਲਕੇ ਨਲਕੇ। ਜਿਹੜਾ ਜਿਹੜਾ ਕੁਲੈਕਟਿਵ ਸੀ ਨਾ, ਵੀ ਪਾਣੀ ਲੈਣ ਜਾਣਾ ਇਕੱਠਿਆਂ ਨੇ, ਇਕੱਠਿਆਂ ਨੇ ਖੇਤਾਂ ਦੇ ਵਿੱਚ ਵੀ ਜਾਣਾ, ਇਕੱਠਿਆਂ ਨੇ ਸ਼ਿਕਾਰ ਲਈ ਜਾਣਾ, ਇਕੱਠਿਆਂ ਨੇ ਬੀਜ ਬੀਜਣੇ ਨੇ, ਇਕੱਠਿਆਂ ਨੇ ਵਾਢੀ ਕਰਨੀ ਹੈ, ਇਕੱਠਿਆਂ ਰੋਟੀ ਪਕਾਉਣੀ ਹੈ, ਇਕੱਠੇ ਹੀ ਵਰਤਾਉਣੀ ਹੈ। ਜਿਹੜੀ ਉਹ ਸਾਂਝਾ ਇੱਕ ਸੱਭਿਆਚਾਰ ਸੀ ਨਾ ਅਸਲ ਦੇ ਵਿੱਚ, ਇਹ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਉਹ 'ਚ ਥੋੜ੍ਹਾ ਥੋੜ੍ਹਾ ਇੱਕ ਜਨਰੇਸ਼ਨ ਇੱਕ ਹੱਦ ਤੱਕ ਲੈ ਗਈ, ਅਗਲੀ ਉਹਦੇ ਤੋਂ ਹੋਰ ਵਧੀਆ ਅੱਗੇ ਲੈ ਗਈ, ਉਹ ਤੋਂ ਇਹ ਨਿਖਰ ਕੇ ਜਿਸ ਤਰ੍ਹਾਂ ਐਨ ਮਤਲਬ ਕ੍ਰਿਸਟਲਾਈਜ਼ ਹੋ ਕੇ ਚੀਜ਼ ਬਣਦੀ ਹੈ, ਬਣੀਆਂ ਹੋਈਆਂ। ਭੱਟੀ ਸਾਹਿਬ, ਆਪਾਂ ਦੇਖਦੇ ਹਾਂ ਕਿ ਜਿਹੜੇ ਚੁੱਲ੍ਹੇ ਚੌਂਕੇ ਹੁੰਦੇ ਸੀ ਆਪਣੇ, ਹਾਂਜੀ, ਜਿਹੜਾ ਪੁਰਾਣਾ ਮਨੁੱਖ ਹੈ, ਜਦੋਂ ਆਪਾਂ ਦੇਖਦੇ ਹਾਂ ਕਿਤੇ ਆਪਾਂ ਜਾਂਦੇ ਹਾਂ ਕੈਂਪ ਲਾਉਂਦੇ ਹਾਂ ਅਤੇ ਉੱਥੇ ਆਪਾਂ ਦੋ ਇੱਟਾਂ ਰੱਖ ਕੇ ਅੱਗੇ ਪਿੱਛੇ 'ਤੇ ਚੁੱਲ੍ਹਾ ਬਣਾ ਲੈਂਦੇ ਹਾਂ, ਜਾਂ ਥੋੜ੍ਹਾ ਜਿਹਾ ਕੁਛ ਲੱਭਿਆ ਕੁਛ ਅਤੇ ਉਹਨੂੰ ਉੱਚਾ ਕੀਤਾ ਵਿੱਚ ਅੱਗ ਬਾਲਤੀ। ਲੇਕਿਨ ਇੱਕ ਚੁੱਲ੍ਹੇ ਦੇ ਉੱਤੇ ਉਹ ਜਿਹੜੇ ਪੌੜੂਏ ਜਿਹੇ ਬਣਾ ਲੈਣੇ, ਡਿਜ਼ਾਈਨ ਬਣਾਉਣਾ, ਉਹਨੂੰ ਡਿਜ਼ਾਈਨ ਬਣਾਉਣਾ, ਫਿਰ ਜਿਹੜੀ ਕੰਧ ਹੈ ਉਹ ਕੰਧ ਤਾਂ ਇੱਕ ਪਰਦਾ ਹੀ ਹੁੰਦੀ ਹੈ ਨਾ, ਕੋਟਾ ਹੁੰਦਾ ਸੀ। ਹਾਂ, ਉਹ ਸਮਝੋ ਵੀ ਆਪਾਂ ਉਂਝ ਵੀ ਬਣਾ ਸਕਦੇ ਹਾਂ ਵੀ ਠੀਕ ਹੈ ਮਿੱਟੀ ਇਕੱਠੀ ਕੀਤੀ ਅਤੇ ਬਣਾ ਲਈ ਕੰਧ, ਲੇਕਿਨ ਉਹਦੇ ਉੱਤੇ ਫਿਰ ਪੌੜ ਬਣਾਉਣੇ, ਫਿਰ ਉਹਦੇ ਉੱਤੇ ਮੋਰ ਬਣਾਉਣੇ, ਘੁੱਗੀਆਂ ਬਣਾਉਣੀਆਂ, ਹਾਂਜੀ, ਫਿਰ ਕੁਝ ਹੋਰ ਡਿਜ਼ਾਈਨ ਉਹਦੇ ਉੱਤੇ ਕਰ ਦੇਣਾ। ਪਹਿਲਾਂ ਤਾਂ ਪਾਂਡੂ ਨਾਲ ਲਿਪਦੇ ਸੀ ਲਗਭਗ ਰੋਜ਼, ਹਫ਼ਤੇ 'ਚ ਤਾਂ ਇੱਕ ਵਾਰ ਹੁੰਦਾ ਹੀ ਸੀ, ਰੋਜ਼ ਵੀ ਲਿਪਦੇ ਸੀ। ਇਹ ਹੈ ਕਲਾ, ਇਹਨੂੰ ਸਮਝਣਾ ਕਿ ਉਹਦੇ ਉੱਤੇ ਉਹ ਚੀਜ਼ਾਂ ਕਿਵੇਂ ਬਣੀਆਂ, ਕਿਉਂ ਬਣਨੀਆਂ ਸ਼ੁਰੂ ਹੋਈਆਂ। ਜਿਹੜੇ ਹੁਣ ਬ੍ਰਾਂਡ ਅਸੀਂ ਸੋ ਕਾਲਡ ਕਹੀ ਜਾਂਦੇ ਹਾਂ, ਐਕਚੁਅਲੀ ਉਹ ਬ੍ਰਾਂਡ ਹੀ ਹੁੰਦੇ ਸੀ, ਬ੍ਰਾਂਡਿੰਗ ਹੈ। ਉਹ ਕਹਿੰਦੇ ਜੀ ਪਿੰਡ ਦਾ ਰੂੜੀਆਂ ਤੋਂ ਹੀ ਪਤਾ ਲੱਗ ਜਾਂਦਾ ਹੈ, ਕਿਉਂ ਕਿਹਾ ਸੀ ਵੀ ਪਿੰਡ ਦੀ ਪਛਾਣ ਇੱਥੋਂ ਹੀ ਆ ਜਾਂਦੀ ਹੈ, ਘਰ ਦਾ ਉਹਦੀ ਘਰ ਦੀ ਸੁਹਾਣੀ ਕੌਣ ਹੈ ਉਸ ਹਾਊਸ ਦੀ ਮਾਸਟਰ, ਉਹ ਚੁੱਲ੍ਹੇ ਤੋਂ ਪਤਾ ਲੱਗ ਜਾਂਦਾ ਸੀ। ਬਿਲਕੁਲ, ਕਿਉਂਕਿ ਉਹ ਮਤਲਬ ਉਹਦੀ ਨੁਹਾਰ ਹੈ, ਉਹਦਾ ਮੂੰਹ ਮੱਥਾ ਹੈ ਉਸ ਘਰ ਦਾ ਉਹ। ਸੋ ਇਹ ਹੁਣ ਤਾਂ ਡਿਜ਼ਾਈਨਿੰਗ ਆ ਗਏ ਨਾ, ਹੁਣ ਤਾਂ ਆਰਕੀਟੈਕਟ ਆ ਗਏ, ਉਹ ਕਹਿੰਦੇ ਜੀ ਇੱਥੇ ਸ਼ੀਸ਼ਾ ਡੰਗ ਦਿਓ, ਇੰਨਾ ਕੁ ਇੰਨਾ ਖਾ ਲਟਕਾ ਦਿਓ, ਤਾਂ ਫਿਰ ਬਦਲ ਗਿਆ ਸਾਰਾ ਕੁਛ, ਹੁਣ ਤਾਂ ਖਤਮ ਹੋ ਗਈ ਚੀਜ਼। ਆਪਾਂ ਬੱਟੀ ਸਾਹਿਬ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਸੀ, ਸਾਡੀਆਂ ਪੇਟੀਆਂ ਹੁੰਦੀਆਂ ਸੀ ਲੱਕੜ ਦੀਆਂ ਬਣੀਆਂ ਹੁੰਦੀਆਂ, ਉਹਨਾਂ ਦੇ ਉੱਤੇ ਬਹੁਤ ਤਕੜੀ ਮੀਨਾਕਾਰੀ ਹੋਈ ਹਰ ਚੀਜ਼ 'ਤੇ ਭਾਈ ਸਾਹਿਬ, ਹਰ ਚੀਜ਼। ਦੇਖੋ ਫੁਲਕਾਰੀ, ਕੋਈ ਦੁਪੱਟਾ ਮਤਲਬ ਫੁਲਕਾਰੀ ਤੋਂ ਬਿਨਾਂ, ਫੁਲਕਾਰੀ ਦੇ ਉੱਪਰ ਇੱਕ ਪੂਰੀ ਦੀ ਪੂਰੀ ਕਿਤਾਬ ਇੱਥੇ ਲਿਖੀ ਪਈ ਆਪਣੀ ਪੰਜਾਬ ਯੂਨੀਵਰਸਿਟੀ 'ਚ, ਡਾਕਟਰ ਐਚ ਐਸ ਗਿੱਲ ਨੇ ਲਿਖੀ ਸੀ ਕਿ ਉਹ 'ਚ ਡਿਜ਼ਾਈਨ ਕਿਹੜੇ ਕਿਹੜੇ ਨੇ, ਪੈਟਰਨ ਕਿਹੜੇ ਕਿਹੜੇ ਨੇ, ਫੁੱਲ ਨੇ ਉਹ 'ਚ, ਪੂਰੀਆਂ ਪੂਰੀਆਂ ਸਟੋਰੀਜ਼ ਨੇ, ਮਤਲਬ ਉੱਥੇ ਕੱਢ ਦਿੰਦੀਆਂ ਸੀ ਉਹ ਲੇਡੀਜ਼ ਪੂਰੀਆਂ ਪੂਰੀਆਂ ਕਹਾਣੀਆਂ ਉਸ ਹਿਸਾਬ ਦੇ ਨਾਲ। ਅੱਛਾ, ਕੋਈ ਸੋਟੀ ਹੈ ਡਾਂਗ ਦੇ ਉੱਪਰ, ਆਪਾਂ ਹੁਣ ਤੱਕ ਇਹ ਮੁਹਾਵਰਾ ਚੱਲਦਾ ਨਾ ਵੀ ਕੋਕੇ ਲਾ ਤੇ, ਜਿਹਦਾ ਮਤਲਬ ਹੁੰਦਾ ਪੱਕਾ ਕੰਮ ਕਰਦਾ ਹੈ, ਪੱਕਾ ਕੰਮ ਕਰਦਾ। ਅੱਛਾ, ਫਿਰ ਲਲਾਰੀ ਜਿਹੜਾ ਰੰਗਣਾ ਸੀ ਆਪਣੇ ਆਪ ਦੇ ਵਿੱਚ, ਕਿੰਨੇ ਫੋਕ ਸੌਂਗ ਦੇ ਵਿੱਚ ਇੱਕ ਤਾਂ ਮਸ਼ਹੂਰ ਹੀ ਤੁਸੀਂ ਸੁਣਿਆ ਹੋਣਾ ਨਾ, ਚੁੰਨੀ ਨੂੰ ਪੈ ਗਿਆ ਅੱਡਾ ਪਵੇ ਮਰ ਜਾਏ ਵੇ ਲਲਾਰੀਆ। ਦੇਖੋ ਨਾ, ਇਹ ਕਲਾਵਾਂ ਸੀ ਅਸਲ, ਚੁੰਨੀ ਰੰਗ ਦੇ ਲਲਾਰੀਆ ਮੇਰੀ, ਹਾਂ, ਤਰ੍ਹਾਂ ਦੀ ਪੱਗ ਵਰਗੀ। ਅੱਛਾ, ਮਤਲਬ ਇਹ, ਅੱਛਾ ਇਹ ਕੁਛ ਹੈ ਕਿ ਜੀਵਨ ਦੇ ਬਹੁਤ ਬੁਨਿਆਦੀ ਸੱਚ ਸੀਗੇ ਜਿਨ੍ਹਾਂ ਦੇ ਉੱਪਰ ਕਲਾ ਬੇਸਡ ਸੀ। ਇਹ 'ਚ ਕੁਛ ਵੀ ਤੁਹਾਨੂੰ ਫੋਕਲੋਰ ਦੇ ਵਿੱਚ, ਫੋਕ ਸੌਂਗਸ ਦੇ ਵਿੱਚ, ਸਟੋਰੀਜ਼ ਦੇ ਵਿੱਚ ਕੁਛ ਵੀ ਫਜ਼ੂਲ ਨਹੀਂ ਮਿਲੂਗਾ। ਜੇ ਫਜ਼ੂਲ ਲੱਗਦਾ, ਇਹਦਾ ਮਤਲਬ ਸਾਨੂੰ ਪਤਾ ਨਹੀਂ ਹੈ, ਸਾਨੂੰ ਪਤਾ ਨਹੀਂ। ਤੁਸੀਂ ਇਹ ਫੁਲਕਾਰੀ ਦੀ ਗੱਲ ਕੀਤੀ, ਇੱਕ ਫੁਲਕਾਰੀ ਹੁੰਦੀ ਹੈ, ਇੱਕ ਬਾਗ ਹੁੰਦਾ, ਹਾਂ ਜੀ, ਇਹਨਾਂ ਦੋਨਾਂ ਦੇ ਵਿੱਚ ਲੋਕਾਂ ਨੂੰ ਬਹੁਤਾ ਪਤਾ ਨਹੀਂ ਲੱਗਦਾ। ਨਹੀਂ, ਫੁਲਕਾਰੀ ਤਾਂ ਜਿਵੇਂ ਦੁਪੱਟਾ ਹੈ ਨੋਰਮਲ, ਹਾਂ, ਬਾਗ ਵੱਡਾ ਹੁੰਦਾ, ਬਾਗ ਵੱਡਾ ਚਾਦਰ ਦੇ ਰੂਪ ਵਿੱਚ, ਚਾਦਰ ਦੇ ਰੂਪ ਵਿੱਚ, ਉਹ ਤਾਂ ਉਸ ਦਾ ਪੂਰਾ ਤੁਹਾਨੂੰ ਸੰਸਾਰਿਕ ਦ੍ਰਿਸ਼ਟੀਕੋਣ ਦਿਖ ਜਾਂਦਾ ਉਹਦੇ ਵਿੱਚ। ਮੈਂ ਉਹੀ ਕਹਿੰਦਾ ਵੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਕਹਾਣੀਆਂ ਹੁੰਦੀਆਂ, ਬਿੰਬ ਹੁੰਦੇ ਆ, ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਉਹਨਾਂ ਬਿੰਬਾਂ ਦੇ ਅਰਥ ਕੀ ਨੇ ਉਹਦੇ ਵਿੱਚ? ਦੇਖੋ, ਪਹਿਲੀ ਗੱਲ ਤਾਂ ਉਹ ਹੈ ਬੜਾ ਸਾਹਿਬ, ਉਹ ਆਪਣੇ ਕਲਚਰ 'ਚੋਂ ਹੀ ਆਏ ਨੇ, ਨਾਲ ਹੌਲੀ ਹੌਲੀ ਬਾਅਦ ਦੇ ਵਿੱਚ ਇਹ ਅੰਗਰੇਜ਼ ਵੀ ਆ ਗਏ ਹੋਣ। ਪਰ ਤੁਸੀਂ ਪੁਰਾਣੇ ਦੇਖੋਗੇ, ਕ੍ਰਿਸ਼ਨ ਦੇ ਸਿੰਬਲਸ, ਜਾਂ ਕਹਿ ਲਓ ਰਾਂਝਾ, ਹੀਰ, ਮੱਝਾਂ ਦੇ, ਪੰਛੀਆਂ ਦੇ, ਬੋਰਡ ਦੇ, ਜਿਹੜੇ ਸਾਡੇ ਆਪਣੇ ਦਰਖਤ ਸੀਗੇ, ਮਤਲਬ ਉਹ ਜਿਵੇਂ ਸਦੀਆਂ ਤੋਂ ਇੰਟਰਨਲਾਈਜ਼ ਕੀਤੇ। ਹੁਣ ਬੋਰਡ ਆ ਜਿਹੜਾ, ਬਾਬਾ ਬੋਰਡ ਕਹਿੰਦੇ ਹਾਂ ਅਸੀਂ, ਮਤਲਬ ਸਭ ਦਾ ਹੀ ਆਸਰਾ ਸੀ, ਮਤਲਬ ਉਹਦੇ ਹੇਠ ਹੀ ਸਾਰਾ ਕੁਛ ਲਗਭਗ ਤੈਅ ਹੁੰਦਾ ਸੀ। ਪੰਚਾਇਤਾਂ ਨੇ ਜਿਹੜੀਆਂ, ਉਹਨਾਂ 'ਚ ਤਿੰਨ ਦਰਖਤ ਮੇਨ ਹੁੰਦੇ ਸੀ, ਤਰਵੈਣੀ ਜਿਹੜੀ ਕਹੀ ਜਾਂਦੀ ਸੀ, ਬੋਰਡ, ਪਿੱਪਲ ਅਤੇ ਨਿੰਮ, ਅਤੇ ਨਿੰਮ ਇਹ ਲਾਏ ਜਾਂਦੇ ਸੀ ਪੱਕੇ ਐਨ ਸੈਂਟਰ ਦੇ ਵਿੱਚ। ਸੋ ਉਹੀ ਚੀਜ਼ਾਂ ਸਾਡੀਆਂ ਉਹਦੇ 'ਚ ਆਉਂਦੀਆਂ ਸੀ, ਉਹੀ ਟ੍ਰੀ, ਉਹੀ ਪੰਛੀ, ਉਹੀ ਜਾਨਵਰ, ਕਿਉਂਕਿ ਉਹਨਾਂ ਦੇ ਨਾਲ ਰਿਸ਼ਤਾ ਇੰਨਾ ਇੰਟੀਮੇਟ ਸੀ ਕਿ ਉਹ ਜ਼ਿੰਦਗੀ ਦਾ ਹਿੱਸਾ ਸੀ। ਮੈਨੂੰ ਮਤਲਬ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ, ਬਹੁਤ ਇੰਟਰਸਟਿੰਗ। ਅਸੀਂ ਛੋਟੇ ਹੁੰਦੇ ਸੀ, ਸਾਡੇ ਬਲਦ ਨਾ, ਇੱਕ ਸਾਵਾ ਬਲਦ ਹੁੰਦਾ ਸੀ, ਉਹ ਕੋਈ ਖਰੀਦਣ ਆਇਆ ਸਾਡੇ ਬਹਿੜੇ ਸੀ ਦੋ, ਅਤੇ ਉਹ ਸਾਵੇ ਬਲਦ ਦਾ ਵੀ ਸੌਦਾ ਜਿਹਾ ਕਰਨਾ, ਸਾਡੇ ਬਜ਼ੁਰਗ ਨੇ ਕਿਹਾ, ਕਹਿੰਦਾ ਨਹੀਂ ਇਹ ਨਹੀਂ ਵੇਚਣਾ। ਅੱਛਾ, ਉਹਨੇ ਫਿਰ ਦੁਬਾਰਾ ਕਿਤੇ ਪੁੱਛ ਲਿਆ, ਬਾਪੂ ਸਾਡਾ ਫੌਜੀ ਸੀ, ਉਹਨੂੰ ਪੈ ਗਿਆ ਟੁੱਟ ਕੇ, ਕਹਿੰਦਾ ਤਮੀਜ਼ ਨਹੀਂ ਹੈ ਤੈਨੂੰ ਇੱਕ ਵਾਰ ਕਹਿਤਾ ਇਹ ਨਹੀਂ ਵੇਚਣਾ।
ਸਾਨੂੰ ਲੱਗਿਆ ਵੀ ਜ਼ਿਆਦਾ ਹੀ ਓਵਰ ਰਿਐਕਟ ਕਰਤਾ। ਅਸੀਂ ਬਾਅਦ 'ਚ ਪੁੱਛਿਆ ਬਜ਼ੁਰਗ ਨੂੰ ਵੀ ਇਹ ਤੁਸੀਂ ਕਿਉਂ ਕਿਹਾ, ਅਤੇ ਉਹ ਕਹਿੰਦੇ ਯਾਰ, ਕਹਿੰਦੇ ਨੇ ਸਾਰੀ ਉਮਰ ਸਾਡੀ ਸੇਵਾ ਕਰੀ ਹੈ, ਹੁਣ ਇਹਦੀ ਹੁਣ ਸਾਡੀ ਸੇਵਾ ਕਰਨ ਦਾ ਟਾਈਮ, ਵੇਚਣਾ ਥੋੜ੍ਹੀ ਹੁਣ ਹੈ। ਇਹ ਹੈ ਹੁਣ ਜਿਹੜਾ ਇਹ ਰਿਸ਼ਤਾ ਹੈ ਜਾਨਵਰਾਂ ਨਾਲ, ਪਸ਼ੂਆਂ ਨਾਲ, ਮੱਝਾਂ ਨਾਲ, ਮਤਲਬ ਮੱਝਾਂ ਬੰਦਿਆਂ ਨੂੰ ਪਛਾਣਦੀਆਂ ਸੀ। ਮਤਲਬ ਜੇ ਤੁਸੀਂ ਜਾਂਦੇ ਹੋ ਕੱਪੜੇ ਕੁੱਪੜੇ ਪਾ ਕੇ, ਉਹ ਰੌਲਾ ਪਾਉਣ ਲੱਗ ਜਾਂਦੇ ਸੀ, ਮਿਲ ਰਹੇ ਸੀ, ਜਾਂ ਕੁੱਤਿਆਂ ਨਾਲ, ਭੇਡਾਂ ਨਾਲ, ਮਤਲਬ ਜਿਹੜੇ ਜਿਹੜਾ ਇੱਕ ਪੂਰਾ ਸੰਸਾਰ ਸੀ ਨਾ, ਉਹਨੂੰ ਉਹ ਕੰਸੈਪਚੁਲਾਈਜ਼ ਕਰਕੇ ਚਿੱਤਰ ਦਿੰਦੇ ਸੀ। ਸਾਡੇ ਲੋਕ ਜਿੱਥੇ ਤੁਸੀਂ ਜਾਨਵਰਾਂ ਦੀ ਗੱਲ ਕੀਤੀ ਹੈ, ਬਲਦਾਂ ਨਾਲ ਮੋਹ ਹੁੰਦਾ ਸੀਗਾ, ਪੁਰਾਣੇ ਦਰਖਤਾਂ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ ਲੋਕ, ਵੱਢਣ ਨਹੀਂ ਸੀ ਦਿੰਦੇ, ਜਾਂ ਰਿਚੁਅਲੀ ਵੱਢਿਆ ਜਾਂਦਾ, ਜਿਵੇਂ ਜੰਡੀ ਅਜੇ ਵੀ ਵਿਆਹ ਦੇ ਟਾਈਮ ਜਾ ਕੇ ਉਹ ਜੰਡੀ ਨੂੰ ਟੱਕ ਲਾਉਂਦੇ ਨੇ। ਟੱਕ ਲਾਉਣ ਦਾ ਮਤਲਬ ਥੋੜ੍ਹਾ ਉਹਦਾ ਵਿਕਾਸ ਕਰਨਾ ਹੁੰਦਾ ਸੀ ਅਸਲ ਵਿੱਚ। ਜਿਹੜੇ ਪੁਰਾਣੇ ਦਰਖਤ ਸੀ ਉਹਨਾਂ ਪ੍ਰਤੀ ਇਕੱਲੇ ਇਕੱਲੇ ਦਰਖਤ ਦੀ ਇੱਕ ਪੂਰੀ ਦੀ ਪੂਰੀ ਆਪਣੇ ਆਪ 'ਚ ਕਥਾ ਹੈ ਹਰ ਇੱਕ ਦੀ। ਬਿਲਕੁਲ, ਮਤਲਬ ਉਹ ਐਵੇਂ ਨਹੀਂ ਉਹਨੂੰ ਦਰਖਤ ਨਹੀਂ ਸਮਝਿਆ ਜਾਂਦਾ ਸਿਰਫ, ਅਰੇ ਵੀ ਉਹਦੇ ਉੱਪਰ ਕਿਹੜਾ ਦੇਵਤਾ ਰਹਿੰਦਾ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ, ਕਿਹੜੇ ਮੌਸਮ 'ਚ ਉਹਨੂੰ ਫੁੱਲ ਖਿੜਨੇ ਨੇ, ਕਿਹੜੇ ਦੇ ਵਿੱਚ ਉਹਨੂੰ ਮਤਲਬ ਜ਼ਰੂਰਤਾਂ ਨੇ ਉਹਦੀਆਂ, ਮਤਲਬ ਸੋ ਇਹ ਇੱਕ ਪੂਰੇ ਦਾ ਪੂਰਾ ਇੰਟੀਮੇਟ ਕਹਿ ਲਓ ਸੰਸਾਰ ਸੀਗਾ। ਤੁਸੀਂ ਗੱਲ ਕੀਤੀ ਵੀ ਕਿਹੜੇ ਰੁੱਖ 'ਤੇ ਕਿਹੜਾ ਰੱਬ ਰਹਿੰਦਾ, ਪੂਜਾ, ਅਸੀਂ ਰੁੱਖਾਂ ਦੀ ਬੜੀ ਪੂਜਾ ਕਰਦੇ ਹਾਂ। ਜਦੋਂ ਸਾਨੂੰ ਮਾਤਾ ਨਿਕਲ ਆਉਂਦੀ ਹੈ ਅਤੇ ਅਸੀਂ ਬੇਰੀ ਦੀ ਉੱਥੇ ਕੱਚੀ ਲੱਸੀ ਪਾਉਂਦੇ ਹਾਂ, ਪਿੱਪਲ ਦੇ ਲੱਸੀ ਪਾ ਕੇ ਆਉਂਦੇ ਹਾਂ। ਇਸੇ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡੇ ਜਿੱਥੇ ਇਹ ਕਲਾਵਾਂ ਨੇ, ਵੱਖ ਵੱਖ ਲੋਕ ਕਲਾਵਾਂ, ਉਹਦੇ ਨਾਲ ਨਾਲ ਸਾਡੇ ਨਾ ਛੋਟੇ ਛੋਟੇ ਧਰਮ ਵੀ ਨੇ, ਜਿਹਨੂੰ ਭੱਟੀ ਸਾਹਿਬ ਜਿਹੜੀ ਵਿਦਵਾਨਾਂ ਵਾਲੀ ਭਾਸ਼ਾ ਵਿੱਚ ਲੋਕ ਧਰਮ, ਲੋਕ ਧਰਮ ਕਹਿ ਦਿੰਦੇ ਨੇ, ਫੋਕ ਰਿਲੀਜਨ ਅਸੀਂ ਕਹਿ ਦਿੰਦੇ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਗੁੱਗਾ ਪੀਰ, ਖਵਾਜਾ ਪੀਰ, ਸ਼ੀਤਲਾ ਮਾਤਾ, ਮੜੀਆਂ, ਹਾਂਜੀ, ਇਸੇ ਤਰ੍ਹਾਂ ਅਸੀਂ ਪੁਰਾਣੇ ਬਜ਼ੁਰਗਾਂ ਦੇ ਜਿਹੜੇ ਆ ਉਹ ਸਮਾਧਾਂ ਬਣਾਈਆਂ, ਜਿਹੜੇ ਪਿੱਤਰ ਜਿਹਨੂੰ ਕਹਿੰਦੇ, ਪਿੱਤਰ ਕਹਿੰਦੇ ਆ, ਪੂਜਣ ਜਾਂਦੇ ਆ ਉਹਨਾਂ ਨੂੰ। ਇਸੇ ਤਰ੍ਹਾਂ ਪੀਰਾਂ ਦੀਆਂ ਦਰਗਾਹਾਂ ਨੇ ਸਾਡੇ ਹਾਲਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਤੁਸੀਂ ਵੇਖੀਆਂ ਨੇ, ਛੋਟੀਆਂ ਛੋਟੀਆਂ ਅਸੀਂ ਜਿਹੜੀਆਂ ਨੇ ਕਈ ਮੰਦਰ ਨੇ, ਜਿਵੇਂ ਸ਼ੀਤਲਾ ਮਾਤਾ ਦਾ ਮੰਦਰ ਹੈ, ਅੱਠ ਭੈਣਾਂ ਨੇ, ਹਾਂ, ਮਟੀਆਂ ਕਹਿੰਦੇ ਹੁੰਦੇ ਨੇ, ਮਟੀਆਂ ਕਹਿ ਦਿੰਦੇ ਆ। ਸੋ ਇਹ ਲੋਕ ਧਰਮ, ਇੱਕ ਸਾਡੇ ਮੇਨ ਧਰਮ ਹੈ, ਮੰਨ ਲਓ ਹਿੰਦੂ ਧਰਮ ਹੈ ਪੂਰੇ ਦਾ ਪੂਰਾ, ਜਿਹਨਾਂ ਦੇ ਵੱਡੇ ਵੱਡੇ ਮੰਦਰ ਨੇ, ਮੰਦਰਾਂ 'ਚ ਅਸੀਂ ਕ੍ਰਿਸ਼ਨ ਦੀ ਪੂਜਾ ਕਰਦੇ ਹਾਂ, ਗਣੇਸ਼ ਦੀ ਪੂਜਾ ਕਰਦੇ ਹਾਂ, ਰਾਮ ਚੰਦਰ ਦੀ, ਹਾਂਜੀ, ਸਰਸਵਤੀ ਦੀ, ਦੁਰਗਾ ਦੀ। ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਆ, ਮਸਜਿਦ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਆ, ਚਰਚ ਦੇ ਵਿੱਚ ਕ੍ਰਾਈਸਟ, ਹਾਂਜੀ, ਈਸਾ ਦੀ ਜਿਹੜੀ ਆ ਉੱਥੇ ਪ੍ਰੇਅਰ ਕੀਤੀ ਜਾਂਦੀ ਹੈ, ਜੈਨੀ ਧਰਮ ਹੈ, ਬਹੁਤ ਸਾਰੇ ਆ। ਇਹਨਾਂ ਦੇ ਨਾਲ ਨਾਲ ਭੱਟੀ ਸਾਹਿਬ, ਇਹ ਛੋਟੇ ਧਰਮਾਂ ਦੀ ਉਤਪਤੀ ਜਿਹੜੀ ਖੜ੍ਹੇ ਹੋ ਗਏ ਨਾਲ ਦੀ ਨਾਲ, ਇਹਨਾਂ ਦੀ ਕੀ ਇੰਪੋਰਟੈਂਸ ਹੈ ਸਾਡੇ ਸੱਭਿਆਚਾਰ ਵਿੱਚ? ਐਕਚੁਅਲੀ ਬੜਾ ਸਾਹਿਬ ਇਹ ਹੈ ਕਿ ਜਿਹੜੇ ਵੱਡੇ ਧਰਮ ਨੇ ਇਹਨਾਂ ਚੋਂ ਨਿਕਲੇ ਨੇ, ਛੋਟੇ ਆਮ ਤੌਰ 'ਤੇ ਉਲਟ ਸਮਝਿਆ ਜਾਂਦਾ ਸੀ। ਹਾਂ, ਮਤਲਬ ਇਹਨੂੰ ਦੋ ਟ੍ਰੈਡੀਸ਼ਨਸ ਬਣਦੇ ਨੇ ਸਾਡੇ। ਮਿਲਟਨ ਸਿੰਗਰ ਹੋਇਆ, ਉਹਨੇ ਕਿਹਾ ਵੀ ਇੱਕ ਹਾਈ ਟ੍ਰੈਡੀਸ਼ਨ ਹੈ, ਇੱਕ ਲੋਅਰ ਟ੍ਰੈਡੀਸ਼ਨ ਹੈ। ਜੀ, ਜਿਹੜੀ ਲੋਅ ਟ੍ਰੈਡੀਸ਼ਨ ਸੋ ਕਾਲਡ ਉਹ ਕਹਿੰਦੇ ਨੇ, ਬੇਸਿਕਲੀ ਉਹ ਲੋਕ ਧਰਮ ਹੈ। ਉਹ ਕੀ ਹੈ ਕਿ ਉਹ ਤਾਂ ਲੋਕਾਂ ਦਾ ਸਦੀਆਂ ਤੋਂ ਚੱਲਿਆ ਆ ਰਿਹਾ, ਉਹ ਤਾਂ ਉਹ ਫੰਕਸ਼ਨਲ ਹੈ, ਉਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਉਹ ਕਿਸੇ ਨਾ ਕਿਸੇ ਕਾਰਜ ਨਾਲ ਜੁੜਿਆ ਹੋਇਆ, ਜਿਹੜੇ ਉਹ ਦੇਵਤੇ ਨੇ, ਛੋਟੇ ਦੇਵਤੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਮੰਨ ਲਓ ਤੁਹਾਨੂੰ ਸਨੇਕ ਬਾਈਟ ਦਾ ਕੇਸ ਹੋ ਗਿਆ, ਤੁਸੀਂ ਕਹਿੰਦੇ ਹੋ ਜੀ ਉੱਥੇ ਚੌਂਕੀਆਂ ਭਰ ਦਿਉ, ਮੇਰੇ ਨਾਲ ਇਹ ਲਤੀਫਾ ਹੋਇਆ, ਮੈਂ ਤਾਂ ਲੈਫਟਿਸਟ ਬੰਦਾ ਸੀ, ਮੈਂ ਤਾਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਸੀ ਕਰਦਾ, ਗੁੱਗੇ ਦੇ ਉੱਪਰ ਸਰਚ ਸ਼ੁਰੂ ਕਰਤੀ, ਉਹਦੇ 'ਚ ਵਿਸ਼ਵਾਸ ਇਹ ਹੈ ਵੀ ਤੁਸੀਂ ਚੌਂਕੀਆਂ ਭਰੋ ਤਾਂ ਤੁਹਾਡੀ ਸਨੇਕ ਬਾਈਟ ਦਾ ਕੇਸ ਠੀਕ ਹੋ ਜਾਂਦਾ। ਔਰ ਉਹਨੂੰ ਉਹਦੇ ਲਈ ਸ਼ਬਦ ਵੀ ਮਿਹਰ ਵਰਤਿਆ ਜਾਂਦਾ, ਮਿਹਰ ਹੋ ਜਾਂਦੀ, ਮਿਹਰ ਹੋਈ ਹੈ, ਮਤਲਬ ਕਿਹਾ ਜਾਂਦਾ। ਉਹ ਆਪਣੇ ਆਪ 'ਚ ਤੁਸੀਂ ਮੇਰੀ ਬੁੱਕ ਪੜ੍ਹੋਗੇ, ਉਹ 'ਚ ਅਨੈਲਿਸਿਸ ਕੀਤਾ ਹੋਇਆ, ਉਹ ਡਿਟੇਲ ਆ ਜੂਗੀ। ਇੱਥੇ ਸਾਡੇ ਇੱਕ ਪ੍ਰੋਫੈਸਰ ਸੀਗੇ, ਅਜੇ ਵੀ ਹੈਗੇ ਨੇ, ਉਹ ਮੈਨੂੰ ਮਜ਼ਾਕ ਕਰਿਆ ਕਰਨਗੇ, ਯਾਰ ਇਹ ਕੀ ਰਿਸਰਚ ਹੋਈ ਗੁੱਗੇ ਦੇ ਉੱਪਰ, ਰਿਸਰਚ ਮਤਲਬ ਕੋਈ ਕੰਮ ਹੈ ਕੋਈ? ਮੈਂ ਚਲੋ ਆਪਣਾ, ਕਿਉਂਕਿ ਮੇਰਾ ਏਰੀਆ ਉਹ ਚੁਣਿਆ ਹੋਇਆ ਸੀ ਰਿਲੀਜਨ ਦਾ, ਮੈਂ ਕਰਦਾ ਰਿਹਾ। ਮੁੜ ਕੇ ਉਹਨਾਂ ਦੇ ਨਾ ਕਿਤੇ ਕੋਲਾ ਇੱਕ ਪੈਰ ਦੇ ਉੱਪਰ ਲੱਗ ਗਿਆ ਕਿਤੇ, ਜਾਂ ਪਤਾ ਨਹੀਂ ਕੀ ਹੋਇਆ ਜੀ, ਪੈਰ ਗਲਣਾ ਸ਼ੁਰੂ ਹੋ ਗਿਆ। ਉਹ ਜੀ PGI ਸਾਰੇ ਥਾਂ ਇਲਾਜ ਕਰਾਇਆ, ਉਹ ਹਟਿਆ ਨਹੀਂ, ਜ਼ਖਮ ਵੱਧਦਾ ਚਲਿਆ ਗਿਆ। ਕੋਲਾ, ਸੱਚੀ ਕੋਲਾ ਵੱਜਿਆ? ਮਤਲਬ ਉਹ ਤਾਂ ਕਹਿੰਦੇ ਸੀ ਕੋਲਾ ਵੱਜਿਆ, ਬਾਅਦ 'ਚੋਂ ਕਹਿੰਦੇ ਪਤਾ ਨਹੀਂ ਹੋਇਆ ਕੀ ਹੈ ਅਸਲ 'ਚ, ਉਹਨਾਂ ਨੂੰ ਪਤਾ ਨਹੀਂ ਸੀ, ਅਤੇ ਉਹ ਪੈਰ ਗਲਣਾ ਸ਼ੁਰੂ ਹੋ ਗਿਆ। ਉਹ ਕਿਸੇ ਨੇ ਕਿਹਾ ਵੀ ਤੁਸੀਂ ਗੁੱਗੇ ਦੇ ਇੱਥੇ ਮਤਲਬ 5 ਜਾਂ 7 ਚੌਂਕੀਆਂ ਭਰ ਲਓ ਫਲਾਣੀ ਜਗ੍ਹਾ, ਉਹਨੇ ਜੀ ਭਰੀਆਂ, ਅਣਮੰਨੇ ਮਨ ਨਾਲ ਉਹ ਠੀਕ ਹੋ ਗਿਆ। ਉਹ ਮੈਨੂੰ ਆ ਕੇ ਕਹਿੰਦਾ, ਕਹਿੰਦਾ ਠੀਕ ਕਿਵੇਂ ਹੋ ਗਿਆ? ਮੈਂ ਕਿਹਾ ਮੈਨੂੰ ਤੂੰ ਦੱਸ, ਮੈਂ ਥੋੜ੍ਹਾ ਤੁਹਾਨੂੰ ਦੱਸੂੰਗਾ ਵੀ ਠੀਕ ਕਿਵੇਂ ਹੋ ਗਿਆ। ਉਹ ਗੱਲ ਇਹ ਵੀ ਜਿਹੜਾ ਕੁਲੈਕਟਿਵ ਬਿਲੀਫ ਹੈ ਨਾ, ਵਿਸ਼ਵਾਸ ਹੈ ਜਿਹੜਾ, ਇਹਦੇ 'ਚ ਵੀ, ਇਹਦੇ 'ਚ ਵੀ ਮਤਲਬ ਇਹਦੀ ਮੈਡੀਸਨ ਦੀ ਲੋੜ ਨਹੀਂ ਹੈਗੀ ਇਹਦੇ 'ਚ, ਅਸੀਂ ਕਈ ਵਾਰ ਉਹਦੇ ਬਾਰੇ ਖੁਦ ਅਵੇਅਰ ਨਹੀਂ ਹੁੰਦੇ। ਮੈਂ ਜਿਹੜੀ ਰਿਸਰਚ ਦੇ ਵਿੱਚ ਮੈਨੂੰ ਸਮਝ ਆਈ ਗੱਲ ਕਿ ਅਸੀਂ ਉਹਦੀ ਸ਼ਕਤੀ ਬਾਰੇ ਅਵੇਅਰ ਨਹੀਂ ਹੁੰਦੇ ਆਪ ਵੀ ਸਾਡੇ ਅੰਦਰ ਇਹ ਚੀਜ਼ ਪਈ ਹੈ, ਕਿਉਂਕਿ ਅਸੀਂ ਕਲਚਰਲ ਪ੍ਰੋਡਕਟ ਹੀ ਹਾਂ ਨਾ। ਹੁਣ ਜਿਵੇਂ ਮਤਲਬ ਮਾੜੀ ਨਜ਼ਰ ਹੈ, ਅਸੀਂ ਕਹਿੰਦੇ ਨਜ਼ਰ ਲੱਗ ਗਈ ਕਿਸੇ,
ये बहुत इंट्रस्टिंग है। खैर मैं ये उपर भी थोड़ा बहुत कम करया कि नज़र क्यों लग जाती है, कि चीज़ में लगती है, कि लगती है, पिंड हों फलाने की बहुत लगती है नज़र, ये नहीं लगती हाँ। नज़र उतारन के तरीके कई बंद पक्के किए होंगे, फलानी की नज़र जनानी की नज़र लगती है, फलाने बंद की लग जाती है। मिलीटेंसी जो चढ़ी क्राइसिस बढ़िया तो सुरजीत पात्र ने पोएम ही लिखती से भी लगी नज़र पंजाब में कोई मिर्चा वारो ਉਹਦੀਆਂ ਮਿਰਚਾਂ ਵਾਰੀਆਂ ਜਾਂਦੀਆਂ ਨੇ ਜਾਂ ਹੋਰ ਕਰਿਆ ਜਾਂਦਾ ਹੈ। ਇੱਕ ਇਹ ਵੀ ਹੁੰਦਾ ਕਿ ਉਹ ਕਹਿੰਦੇ ਕਿ ਬੱਚਿਆਂ ਨੂੰ ਮਾਂ ਦੀ ਨਜ਼ਰ ਜ਼ਿਆਦਾ ਲੱਗ ਜਾਂਦੀ ਆ, ਉਹ ਫਿਰ ਇਸ ਕਰਕੇ ਉਹਦੇ ਕਾਲਾ ਟਿੱਕਾ ਕੰਨ ਦੇ ਪਿੱਛੇ ਲਾਉਣਾ ਜਾਂ ਗਰਦਨ ਤੇ ਲਾਣਾ ਲਾਇਆ ਜਾਂਦਾ। ਅੱਛਾ ਉਹ ਮੈਨੂੰ ਬੜਿਆਂ ਨੇ ਮਤਲਬ ਮੈਨੂੰ ਵੀ ਸਵਾਲ ਉੱਠਿਆ ਵੀ ਇਹ ਹੋ ਕਿਵੇਂ ਜਾਂਦਾ ਹੈ ਗੱਲ ਸੱਚੀ ਮਿੱਚੀ। ਉਹ ਮੈਨੂੰ ਇੱਕ ਬੰਦਾ ਸਿਆਣਾ ਪੈਣਾ ਕਹਿੰਦਾ ਇਹ ਨਜ਼ਰ ਤਾਂ ਕਹਿੰਦਾ ਕੋਠਿਆਂ ਨੂੰ ਪਾੜ ਦਿੰਦੀ ਹੈ। ਮੈਂ ਸੋਚਦਾ ਸੀ ਵੀ ਫਿਰ ਕੋਈ ਅਜੇ ਇਹਦਾ ਮਤਲਬ ਤਾਜ ਮਹਿਲ ਨੂੰ ਕੋਈ ਨਜ਼ਰ ਵਾਲਾ ਦੇਖਣ ਹੀ ਨਹੀਂ ਗਿਆ ਅੱਜ ਤੱਕ, ਉਹਦਾ ਢਹਿ ਜਾਣਾ ਚਾਹੀਦਾ ਸੀ ਹੁਣ ਤੱਕ ਦੇਖੋ ਨਾ। ਅਤੇ ਫਿਰ ਮੈਂ ਜਦੋਂ ਰਿਸਰਚ ਕਰੀ ਮੈਂ ਦੇਖਿਆ ਤੁਸੀਂ ਦੇਖਿਓ ਥ੍ਰੀ ਵੀਲਰਾਂ ਦੇ ਟਰੱਕਾਂ ਦੇ ਪਿੱਛੇ ਹੀ ਲਿਖਿਆ ਹੁੰਦਾ ਜ਼ਿਆਦਾਤਰ ਬੁਰੀ ਨਜ਼ਰ ਵਾਲੇ ਦਰ ਤੇਰਾ ਮੂੰਹ ਕਾਲਾ, ਮਰਸੀਡੀਜ਼ ਦੇ ਪਿੱਛੇ ਨਹੀਂ ਹੁੰਦਾ। ਨਹੀਂ ਇੱਕ ਹੋਰ ਵੀ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰੀ ਭੈਣ ਨੂੰ ਵਧਾਈਆਂ। ਹਾਂ ਜਾਂ ਜਾਂ ਮਤਲਬ ਨਜ਼ਰਾਂ ਲਾਏਗਾ, ਛਿੱਤਰ ਖਾਏਗਾ, ਛਿੱਤਰ ਖਾਏਗਾ, ਬੜਾ ਕੁਛ ਲਿਖਿਆ ਹੁੰਦਾ। ਉਹ ਕਾਰਨ ਕੀ ਹੈ ਕਿ ਅਸੀਂ ਜਿਹੜੀ ਚੀਜ਼ ਨੂੰ ਬਹੁਤ ਜ਼ਿਆਦਾ ਪੋਜ਼ੈਸ ਕਰਦੇ ਹਾਂ, ਜਿਹਦੇ 'ਤੇ ਸਾਡਾ ਪਿਆਰ ਹੁੰਦਾ ਹੈ, ਇਨਸਿਕਿਓਰ ਹਾਂ ਜਿਹਦੇ ਬਾਰੇ। ਹੁਣ ਕੁੜੀਆਂ ਸਭ ਤੋਂ ਸੋਹਣੀਆਂ ਹੁੰਦੀਆਂ ਨੇ ਵਿਆਹ 'ਚ ਜੰਮਦੀਆਂ ਵੀ ਜੀ, ਉਹਨਾਂ ਨੂੰ ਨਜ਼ਰ ਨਹੀਂ ਲੱਗਦੀ ਕਿਉਂਕਿ ਅਨਵਾਂਟਡ ਕੇਸ ਹੈ। ਮੁੰਡਾ ਚਾਹੇ ਐਵੇਂ ਉਖਲ ਜਿਹਾ ਹੋਵੇ ਉਹਨੂੰ ਨਜ਼ਰ ਲੱਗਦੀ ਹੈ ਕਿਉਂਕਿ ਉਹ ਪ੍ਰਾਈਜ਼ਡ ਚੀਜ਼ ਹੈ, ਉਹਦੇ ਨਾਲ ਉਹ ਤੋਰਨਾ ਅੱਗੇ ਕਹਿੰਦੇ ਸਾਡੀ ਕੋਲ ਅੱਗੇ ਤੋਰਦੀ ਹੈ ਫਲਾਣਾ ਟਿੰਕਾ ਜੋ ਵੀ ਵਿਸ਼ਵਾਸ ਹੈਗੇ। ਸੋ ਇਹ ਜਿਹੜੀ ਬਹੁਤ ਹੀ ਪ੍ਰੀਸ਼ੀਅਸ ਚੀਜ਼ ਹੈ ਉਹਨੂੰ ਨਜ਼ਰ ਲੱਗਦੀ ਹੈ, ਜਿਹਨੂੰ ਅਸੀਂ ਪ੍ਰੀਸ਼ੀਅਸ ਸਮਝਦੇ ਹਾਂ। ਕਈ ਵਾਰ ਸਾਨੂੰ ਮਤਲਬ ਨਹੀਂ ਵੀ ਪਤਾ ਹੁੰਦਾ ਪ੍ਰੀਸ਼ੀਅਸ ਹੁੰਦੀ ਹੈ ਚੀਜ਼, ਪਰ ਜਿਹੜੀ ਚੀਜ਼ ਨੂੰ ਅਸੀਂ ਪੋਜ਼ੈਸ ਕਰਦੇ ਹਾਂ, ਜਿਹੜੀ ਬਾਰੇ ਅਸੀਂ ਇਨਸਿਕਿਓਰ ਹਾਂ ਕਿ ਕਿਤੇ ਇਹ ਨਾ ਚਲੀ ਜਾਵੇ, ਚਲੀ ਨਾ ਜਾਵੇ, ਇਹ ਹੈ ਉਹਨੂੰ ਸਾਂਭਣ ਵਾਸਤੇ ਉਹ ਸਾਡੀ ਉਹ ਨਜ਼ਰ ਲੱਗਦੀ ਸਾਡੀ ਉਹ ਲੱਗਦੀ ਹੈ। ਵੈਸੇ ਵੈਸੇ ਜੇ ਗੱਲ ਵੇਖੀ ਜਾਵੇ ਜਿਹੜੀ ਮਿਰਚਾਂ ਵਾਲੀ ਗੱਲ ਹੈ, ਬਈ ਪਾਤਰ ਸਾਹਿਬ ਨੇ ਤੇ ਪੰਜਾਬ ਦੇ ਹਾਲਾਤ ਨੂੰ ਵੇਖ ਕੇ ਉਦੋਂ ਲਿਖਿਆ ਸੀ ਵੀ ਇਹਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹੈ ਨਾ, ਲੈ ਕੇ ਮਿਰਚਾਂ ਉਹ ਵੀ ਮਾੜਾ ਹੋ ਰਿਹਾ ਇੰਨਾ ਚੰਗਾ ਵਸਦਾ ਸੀ। ਪਰ ਆਪਾਂ ਅਕਸਰ ਵੇਖਦੇ ਹਾਂ ਘਰਾਂ ਦੇ ਵਿੱਚ, ਅਸੀਂ ਜਦੋਂ ਕਹਿਣਾ ਵੀ ਬੱਚੇ ਨੂੰ ਖੰਘ ਹੋ ਗਈ, ਜ਼ੁਕਾਮ ਹੋ ਗਈ ਜਾਂ ਠੀਕ ਨਹੀਂ ਹੋ ਰਿਹਾ, ਰੋਈ ਜਾ ਰਿਹਾ ਉਹ, ਰੋਣਾ ਹੀ ਨਹੀਂ ਹਟਦਾ, ਉਹ ਕਹਿਣਾ ਨਜ਼ਰ ਲਾ ਗਈ ਫਲਾਣੀ ਆਈ ਸੀ ਤੇ ਇਹਦੇ ਉੱਤੋਂ ਮਿਰਚਾਂ ਵਾਰੋ। ਪਾਟੀ ਸਾਹਿਬ ਮਿਰਚਾਂ ਵਾਰਨਾ ਜਿਹੜਾ ਹੈ ਉਹ ਸੱਤ ਮਿਰਚਾਂ ਹੁੰਦੀਆਂ ਨੇ, ਡੰਡੀ ਵਾਲੀਆਂ ਮਿਰਚਾਂ ਹੁੰਦੀਆਂ ਨੇ, ਸੱਤ ਵਾਰੀ ਵਾਰਨੀਆਂ ਹੁੰਦੀਆਂ ਨੇ ਤੇ ਫਿਰ ਉਹ ਵਾਰਨੀਆਂ ਹੁੰਦੀਆਂ ਨੇ ਵੀ ਉਹਦੇ ਤੋਂ ਬਾਅਦ ਵੇਖਣਾ ਨਹੀਂ ਮੁੜ ਕੇ, ਉਹਦਾ ਕੋਈ ਕੀ ਉਹਦੇ ਪਿੱਛੇ ਕੋਈ ਸਰਟੀਫਿਕੇਟ, ਉਹਦੀ ਸ਼ਕਲ ਬਣਾ ਕੇ ਸੱਤ ਜੁੱਤੀਆਂ ਮਾਰਨੀਆਂ, ਸੱਤ ਜੁੱਤੀਆਂ ਮਾਰਨੀਆਂ, ਜਾਂ ਫਿਰ ਜਦੋਂ ਜੇ ਕੋਈ ਘਰੇ ਆ ਕੇ ਗਿਆ ਤੇ ਉਹ ਜਦੋਂ ਚਲਿਆ ਗਿਆ ਤੇ ਦਰਵਾਜ਼ੇ ਤੋਂ ਉਹਦੀ ਮਿੱਟੀ ਚੁੱਕ ਕੇ ਲਿਆ ਕੇ ਆਪਣੇ ਉੱਤੋਂ ਸੁੱਟਣੀ ਜਾਂ ਅੱਗ 'ਚ ਸਾੜਨੀ। ਹਾਂਜੀ ਇਹਦੇ ਮਤਲਬ ਇਹਦੇ ਕੋਈ ਸਾਇੰਟੀਫਿਕ ਕਾਰਨ ਵੀ ਹੈਗੇ ਆ ਜਾਂ ਵਿਸ਼ਵਾਸ ਹੀ ਹੈ ਇਹਦੇ ਸਾਈਕੋਲੋਜੀਕਲ ਸਾਈਕੋਲੋਜੀਕਲ ਕਾਰਨ ਨੇ, ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੁੰਦਾ ਜਿਹੜਾ ਚੱਲਿਆ ਗਿਆ ਜਾਂ ਜਿਹਦੀ ਮਿੱਟੀ ਅਸੀਂ ਚੱਕੀ। ਪਰ ਬੜੀ ਅਜੀਬ ਗੱਲ ਹੈ, ਮਨ ਸ਼ਾਂਤ ਹੋ ਜਾਂਦਾ ਉਹ ਮੇਰੇ ਇੱਥੇ ਇੱਕ ਪ੍ਰੋਫੈਸਰ ਸੀਗੇ ਪਟੀ ਸਾਹਿਬ, ਇੰਨੀ ਕੁ ਗੱਲ ਨਾਲ ਇਹਦੇ ਪਿੱਛੇ ਕਿੰਨੀ ਤਕੜੀ ਕੋਈ ਮੈਂ ਸਮਝਦਾ ਸੋਚ ਖੜੀ ਹੋਈ ਹੈ। ਬਿਲਕੁਲ ਡੈਥ ਸਾਈਕੋਲੋਜੀ ਜੇ ਤੁਸੀਂ ਪੜੋਗੇ ਨਾ, ਡੈਥ ਸਾਈਕੋਲੋਜੀ ਦੇ ਵਿੱਚ ਜਾ ਕੇ ਐਕਚੁਅਲੀ ਤੁਸੀਂ ਇਸ ਤੱਤ ਤੇ ਹੀ ਪਹੁੰਚਦੇ ਹੋ। ਸਾਡੇ ਇੱਕ ਪ੍ਰੋਫੈਸਰ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ, IIM ਲਾਲ ਹੁੰਦੇ ਸੀ ਸਾਡੇ ਟੀਚਰ ਸੀ, ਉਹ ਆਪਣੇ ਬੇਟੇ ਨੂੰ ਲੈ ਕੇ ਨਾ ਡਾਕਟਰ ਕੋਲ ਗਏ, ਹੋਮਿਓਪੈਥ ਸੀ ਬਹੁਤ ਅੱਛਾ ਉਹਨਾਂ ਦਾ ਦੋਸਤ ਸੀ। ਉਹ ਜਾ ਕੇ ਉਹਨੂੰ ਕਹਿੰਦੇ ਕਹਿੰਦੇ ਯਾਰ ਇਹ ਖਾਂਦਾ ਨਹੀਂ ਕੁਛ, ਵੱਧਦਾ ਨਹੀਂ ਇਹ, ਐਂ ਫਲਾਣਾ ਸਾਰਾ ਕੁਛ ਉਹਨੇ ਦੱਸਿਆ। ਉਹ ਡਾਕਟਰ ਨੇ ਜੀ ਗੋਲੀਆਂ ਪੁੜੀਆਂ ਬਣਾਈਆਂ ਜਿਵੇਂ ਹੋਮਿਓਪੈਥੀ 'ਚ ਹੁੰਦਾ, ਕਹਿੰਦੇ ਪਾਣੀ ਨਾਲ ਸਵੇਰੇ ਦੁਪਹਿਰੇ ਸ਼ਾਮ ਤੁਸੀਂ ਇੱਕ ਹਫ਼ਤਾ ਲੈ ਲਓ। ਉਹਨੂੰ ਲੱਗਿਆ, ਉਹ ਕਹਿੰਦਾ ਮੈਂ ਬੱਚੇ ਲਈ ਦਵਾਈ ਲੈਣ ਆਇਆ, ਕਹਿੰਦਾ ਤੂੰ ਉਹਨੇ ਉਹਦੀ ਦਵਾਈ ਬਣਾ ਦਿੱਤੀ। ਉਹ ਕਹਿੰਦਾ ਮੈਂ ਥੋੜ੍ਹਾ ਮਤਲਬ ਮੈਂ ਤਾਂ ਕਹਿ ਰਿਹਾ ਬੱਚਾ ਨਹੀਂ ਕੁਛ ਖਾਂਦਾ ਪੀਂਦਾ, ਤੁਸੀਂ ਸੁਣਿਆ ਨਹੀਂ ਧਿਆਨ ਨਾਲ। ਉਹ ਕਹਿੰਦਾ ਨਹੀਂ ਮੈਂ ਸੁਣ ਲਿਆ, ਕਹਿੰਦਾ ਤੁਹਾਨੂੰ ਠੀਕ ਲੱਗਣ ਲੱਗ ਜਾਊਗਾ ਇਹ ਦਵਾਈ ਖਾਓ ਵੀ ਤੁਹਾਨੂੰ ਖਾਣੀ ਪੈਣੀ ਹੈ। ਉਹ ਕਹਿੰਦੇ ਪ੍ਰੋਬਲਮ ਉਹਦੇ 'ਚ ਨਹੀਂ, ਪ੍ਰੋਬਲਮ ਤੁਹਾਡੇ 'ਚ ਹੈ। ਤੁਹਾਡੇ 'ਚ ਹੈਗੀ ਹੈ ਮਤਲਬ ਜਿਹੜਾ ਜਿਹਦੇ 'ਤੇ ਤੁਸੀਂ ਇਲਜ਼ਾਮ ਲਾਉਂਦੇ ਹੋ ਵੀ ਨਜ਼ਰ ਲਾ ਕੇ ਗਿਆ, ਉਹਦਾ ਨਹੀਂ ਹੈਗੀ ਪ੍ਰੋਬਲਮ, ਪ੍ਰੋਬਲਮ ਸਾਡੇ 'ਚ ਹੁੰਦੀ ਹੈ, ਸਾਡੇ 'ਚ। ਅਸੀਂ ਉਹ ਚੀਜ਼ ਨੂੰ ਬਹੁਤ ਪ੍ਰੀਸ਼ੀਅਸ ਤੇ ਇਲਾਜ ਅਸੀਂ ਆਪਣੇ ਕਰਦੇ ਹਾਂ ਫਿਰ। ਹੁਣ ਥ੍ਰੀ ਵੀਲਰ ਵਾਲੇ ਦੀ ਰੋਜ਼ੀ ਰੋਟੀ ਵਿਚਾਰੇ ਦੀ ਉਹਦੇ 'ਤੇ ਖੜੀ ਹੈ, ਉਹਦੇ ਲਈ ਬਹੁਤ ਪ੍ਰੀਸ਼ੀਅਸ ਚੀਜ਼ ਹੈ। ਜੇ ਉਹਨੂੰ ਨਜ਼ਰ ਲੱਗ ਗਈ, ਟਾਇਰ ਫਟ ਗਿਆ, ਸਵਾਰੀਆਂ ਨਾ ਚੜੀਆਂ, ਉਹਦੀ ਤਾਂ ਸ਼ਾਮ ਨੂੰ ਰੋਟੀ ਨਹੀਂ ਮਿਲਣੀ। ਪਟੀ ਸਾਹਿਬ ਇਸ ਜਿੰਨੇ ਵੀ ਸਾਡੇ ਧਰਮ ਨੇ ਰੀਤੀ ਰਿਵਾਜ਼ ਆ, ਵੈਸੇ ਤਾਂ ਜਿੰਨੇ ਵੀ ਸਾਡੇ ਵਹਿਮ ਭਰਮ ਨੇ ਨਾ, ਕਿਤੇ ਕਰਾਂਗੇ ਗੱਲ, ਵਹਿਮ ਭਰਮਾਂ ਦੇ ਪਿੱਛੇ ਸਾਇੰਟੀਫਿਕ ਗੱਲਾਂ ਬੜੀਆਂ ਖੜੀਆਂ ਹੋਈਆਂ। ਜਿੰਨੇ ਵੀ ਸਾਡੇ ਵਹਿਮ ਭਰਮ ਨੇ, ਜੇਕਰ ਕਈ ਕਹਿੰਦੇ ਜੀ ਇਹ ਤਾਂ ਵਹਿਮ ਹੈ ਜੀ, ਇਹ ਤਾਂ ਅੰਧ ਵਿਸ਼ਵਾਸ, ਅੰਧ ਵਿਸ਼ਵਾਸ ਨਹੀਂ ਹੈਗੇ, ਉਹਨਾਂ ਦੇ ਪਿੱਛੇ ਬੜੀਆਂ ਸਾਇੰਟੀਫਿਕ ਗੱਲਾਂ ਕਰੀਆਂ। ਜਦਕਰ ਤੁਸੀਂ ਸੋਚ ਕੇ ਵੇਖੋ ਕਦੇ ਵੀ ਬਿੱਲੀ ਰਸਤਾ ਕੱਟ ਜਾਂਦੀ ਹੈ, ਕਾਲੀ ਬਿੱਲੀ, ਅਤੇ ਫਿਰ ਤੁਸੀਂ ਘਰ ਮੁੜ ਕੇ ਆਉਂਦੇ ਹੋ ਜਾਂ ਜੁੱਤੀ ਝਾੜਦੇ ਹੋ ਜਾਂ ਕੁਛ ਇੱਕ ਮਾਰ ਜਾਂਦਾ ਜਾਂ ਘਰੋਂ ਨਿਕਲਿਓ ਤੁਸੀਂ ਤੇ ਖਾਲੀ ਟੋਕਰਾ ਲੈ ਕੇ ਮਿਲ ਗਿਆ, ਇਹਦੀਆਂ ਸਾਇੰਟੀਫਿਕ ਸਾਈਕੋਲੋਜੀਕਲ ਮਨੋਵਿਗਿਆਨਕ ਇਹਦੇ ਪਿੱਛੇ ਗੱਲਾਂ ਖੜੀਆਂ ਹੋਈਆਂ ਨੇ। ਖੈਰ ਉਹ ਆਪਾਂ ਵਿਸਥਾਰ 'ਚ ਕਦੇ ਕਰਾਂਗੇ। ਸਮਾਂ ਬਦਲ ਗਿਆ ਬੜਾ, ਟੈਕਨੋਲੋਜੀ ਆ ਗਈ, ਰਿਸਰਚ ਹੋ ਗਈ, ਵਿਗਿਆਨ ਆ ਗਿਆ,
हाँ जी, लेकिन ये चीज़ा उन्हां लोकां दे घरां च वी चलदियां पईआं ने जिन्हां दे घरे बच्चे इंटरनेट नहीं छड्दे, जिहड़े आप मोबाइल फोन ते लगे रहिंदे आ, आप पढ़े हुए आ, ईवन चंगे पढ़े लिखे अध्यापक जिहड़े विज्ञान वाले भी आ, उन्हां दे घरां विच वी ये चीज़ां हाले भी चलदियां हैगियां, तां की कारण आ? एक्चुअली वो ज़्यादा वहमी ने, उहदा मैं कारण दसदा की है। वहम की है जिहड़ा असीं बिलीफ कह दिंदे आ, बण जांदा वी इह चीज़ दा इहदे नाल संबंध है, आह करन नाल इह हुंदा है। सारी साइंस भी तो ये खड़ी है, जे साइंस के काज तो इफेक्ट की फिलोसफी कढ दिओ तो साइंस भी गिर जाती है सारी जी। सो ये मसला असल दे विच ये है कि जिन्हें लोग डेरिया च जा रहे हैं होर ने, मैं तो उहदी क्लासिक एग्जाम्पल मैं तुहानू दिंदा, कलकत्ते शायद पता नहीं भाई मद्रास दे विच अपने इत्थे साइंस कांग्रेस हुई, उदों बाद उत्थे कांग्रेस हुई, मतलब किसी बड़े शहर से कलकत्ते से जां बंगलौर से भाई, मतलब जिथे भी हुई साइंस कांग्रेस जदों शुरू की गई तो उत्थे नारियल भन्निया गया, मंत्र पढ़े गए, अराध्या गया देवत्यां नूं, फिर साइंस कांग्रेस शुरू हुई। देखो ना तुसीं, ये साडे अंदर दबंध है, वड्डे वड्डे साइंटिस्ट साडे ईवन बगेश्वर वाले बाबे वर्गियां दे पैर फड़दे हुंदे ने। साडे रक्षा मंत्री राजनाथ सिंह जी जदों फ्रांस तों हाँ नींबू मिर्च जहाज लैण गए उत्थों राफेल, ता उत्थे भी एक पूजा करके जेड़ा ओदी उनू असी स्वीकार कीता, ओदे उपर बनाया उन्होंने निशान, हरी मिर्चा ते नींबू ते उत्थे ओ बनाया निशान, पूजा कीती गई ओदी, पूजा कीती गई। मोदी मोदी साहब ने सगुण दुखी हो गए सी क्योंकि ओदियां खबरां ज्यादा छप गईयां सी जी जी, और लोकां ने उनू नेगेटिव लै लिया कि असी इस जमाने च की, लेकिन इन्हां चीज़ां दी पट्टी साहब साडे सभ्याचार दे विच भावें जिहड़े लोकां ने भावें ओदी बहुत आलोचना की है जी, साइंटिफिक हो गया जी, तुसीं आह करदे पए हो ओके, पर साडे सभ्याचार दीआं जिहड़ियां रवायतां ने इन्नियां तकड़ियां, असीं उहनां नूं मतलब नहीं भुल सकदे, उहनां दे पिछोकड़ च हैगा जिहनूं असीं समझ नहीं सके। नहीं, साडा जिहड़ा ह्यूमन माइंड है ना बड़ा साहब, वह टोटली साइंटिफिक नहीं हो सकता, ਉਹਦੀਆਂ ਹੋਰ ਵੀ ਬਹੁਤ ਸਾਰੀਆਂ ਨੀਡਸ ਨੇ। ਮੈਂ ਅਮੈਰੀਕਨ ਸਟੂਡੈਂਟਸ ਨੂੰ ਮੈਂ ਲੈਕਚਰ ਕਰ ਰਿਹਾ ਸੀ, ਉਹ ਮੈਨੂੰ ਕਹਿੰਦੇ ਤੁਹਾਡੇ ਇੱਥੇ ਵਹਿਮ ਨੇ ਜੇ ਹੈ ਵੋ ਹੈ, ਮੈਂ ਤੁਹਾਡੇ ਕੀ ਹੈ UFOs ਕੀ ਨੇ, ਹੀ ਮੈਨ ਕੀ ਹੈ ਜੀ, ਕਦੇ ਹੁੰਦਾ ਹੀ ਮੈਨ ਕਿਤੇ ਕਿਤੇ ਹੁੰਦਾ ਹੈ। ਸੋ ਸਾਡੇ ਮਾਈਂਡ ਦੀਆਂ ਇਹ ਨੀਡਸ ਨੇ ਅਸਲ ਦੇ ਵਿੱਚ, ਅਸੀਂ ਹੁਣ ਜਿਵੇਂ ਆਹ ਨਾਰੀਅਲ ਤੋੜਨਾ, ਪੂਜਾ ਕਰਨੀ, ਹੋਰ ਕਰਨਾ, ਬੇਸਿਕਲੀ ਉਹ ਤੁਸੀਂ ਇੱਕ ਪ੍ਰਿਪੇਅਰ ਹੋ ਰਹੇ ਹੋ ਇੱਕ ਜਰਨੀ ਦੇ ਲਈ, ਇੱਕ ਕੰਮ ਦੇ ਲਈ, ਐਟੀਚਿਊਡ ਮੇਕਿੰਗ ਹੈ ਉਹ, ਐਟੀਚਿਊਡ ਮੇਕਿੰਗ ਹੈ ਤੁਹਾਡੀ, ਬਿਲਕੁਲ ਬਿਲਕੁਲ। ਹੋਰ ਧਰਮਾਂ 'ਚ ਹੋਰ ਤਰ੍ਹਾਂ ਹੋਊਗਾ, ਉਹ ਰਿਚੁਅਲਸ ਨੇ ਉਹਦੀਆਂ, ਤਕਰੀਬਨ ਸਾਰਿਆਂ 'ਚ ਉਹਦੀਆਂ ਰਿਚੁਅਲਸ ਨੇ, ਰਿਚੁਅਲਸ ਹੈਗੀਆਂ ਨੇ। ਮਤਲਬ ਤੁਸੀਂ ਉਸ ਚੀਜ਼ ਨੂੰ ਨਿਮਰਤਾ ਦੇ ਨਾਲ ਕਰਨਾ ਹੈ, ਜਾਂ ਤੁਸੀਂ ਰੋਟੀ ਖਾਣ ਲੱਗੇ ਰੱਬ ਦਾ ਨਾਂ ਲੈਣਾ, ਪ੍ਰੇਅਰ ਕਰਨੀ, ਜਾਂ ਖਾ ਕੇ ਸ਼ੁਕਰਾਨਾ ਕਰਨਾ। ਮਤਲਬ ਉਸ ਸਮੇਂ ਕਿਉਂਕਿ ਟੈਕਨੋਲੋਜੀ ਨਹੀਂ ਸੀ ਤੁਹਾਡੇ ਕੋਲ, ਬਹੁਤਾ ਕੁਝ ਨਹੀਂ ਸੀ, ਅਤੇ ਤੁਹਾਡੀਆਂ ਜਿਹੜੀਆਂ ਕਲਾਵਾਂ ਨੇ ਉਹ ਇਸ ਢੰਗ ਨਾਲ ਡਿਵੈਲਪ ਹੋਈਆਂ, ਹੈ ਨਾ, ਹੱਥਾਂ ਨਾਲ ਹੋ ਗਈਆਂ, ਧਾਗਿਆਂ ਦੇ ਰੂਪ 'ਚ ਹੋ ਗਈਆਂ, ਮਿੱਟੀ ਦੇ ਰੂਪ 'ਚ ਹੋ ਗਈਆਂ, ਲੱਕੜ ਦੇ ਰੂਪ 'ਚ ਹੋ ਗਈਆਂ, ਕ੍ਰੀਏਟਿਵ ਨੀਡਸ ਨੇ ਮਾਈਂਡ, ਕ੍ਰੀਏਟਿਵ ਨੀਡਸ। ਅੱਜ ਕੱਲ੍ਹ ਤੁਸੀਂ ਕੰਪਿਊਟਰ 'ਤੇ ਜਾ ਸਾਰਾ ਕ੍ਰੀਏਟ ਕਰਨਾ ਸ਼ੁਰੂ ਕਰ ਦਿੱਤਾ, ਤੁਸੀਂ ਬਲਦ ਹੱਕ ਦੇ ਗਾ ਰਹੇ ਹੋ, ਗਾ ਰਹੇ ਹੋ ਉਦੋਂ, ਹਾਂਜੀ, ਆਟੋਮੈਟਿਕਲੀ, ਅਤੇ ਹੁਣ ਤੁਹਾਨੂੰ ਸਾਰਾ ਕੁਝ ਜਿਹੜਾ ਇੱਥੇ ਮਿਲ ਰਿਹਾ ਤੁਸੀਂ ਇੱਥੇ ਕੰਪਿਊਟਰ 'ਤੇ ਗਾ ਰਹੇ ਹੋ, ਬਣੇ ਬਣਾਏ ਤੁਹਾਨੂੰ ਗਾਣੇ ਮਿਲ ਰਹੇ ਨੇ, ਟਿਊਨਸ ਮਿਲਦੀਆਂ ਪਈਆਂ ਨੇ। ਹੁਣ ਤਾਂ ਮਤਲਬ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਗਈ ਹੈ ਨਾ, ਚੈਟ GPT ਆ ਗਈ, ਉਹ ਚਿੱਠੀਆਂ ਲਿਖ ਦਿੰਦੀ ਹੈ ਸਾਰਾ ਕੁਝ, ਇਮੇਜ ਵਾਲੀ ਆ ਗਈ ਹੈ, ਇਕੱਲੇ ਇਹਦੇ ਨਾਲ ਭੱਟੀ ਸਾਹਿਬ ਇਹ ਸਾਰਾ ਕੁਝ ਸਾਡੀ ਬੰਦੇ ਦੀ ਜਿਹੜੀ ਬੇਸਿਕ ਕ੍ਰੀਏਟੀਵਿਟੀ ਵਾਲੀ ਚੀਜ਼ ਆ, ਮੈਨੂੰ ਲੱਗਦਾ ਉਹ ਤੁਹਾਨੂੰ ਨਹੀਂ ਲੱਗਦਾ, ਜਿਉਂ ਹੀ ਕੰਪਿਊਟਰ ਆ ਗਿਆ, ਜਿਉਂ ਹੀ ਅਸੀਂ ਲਿਖਣਾ ਜਿਹੜਾ ਬੰਦ ਕਰ ਦਿੱਤਾ, ਅਤੇ ਹੁਣ ਤੁਸੀਂ ਕ੍ਰੀਏਟੀਵਿਟੀ ਦੀ, ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਹੋ, ਇਹਦੇ ਨਾਲ ਆਪਣੇ ਆਪ ਹੀ ਬੜਾ ਕੁਝ ਹੋਣ ਲੱਗ ਪਿਆ, ਇਹਦੇ ਨਾਲ ਸਾਡੀਆਂ ਜਿਹੜੀਆਂ ਲੋਕ ਕਲਾਵਾਂ ਨੇ, ਕ੍ਰੀਏਟੀਵਿਟੀ ਹੈ, ਉਹ ਮਰੇਗੀ, ਖਤਮ ਹੋ ਰਹੀ, ਲੋਕਾਂ ਦੀ। ਇਹ ਬਹੁਤ ਵੱਡਾ ਇੱਕ ਟੈਕਨੋਲੋਜੀਕਲ ਅਤੇ ਕਲਚਰਲ ਅਟੈਕ ਹੈ, ਇੱਕ ਕਿਸਮ ਦਾ ਸਮਝ ਲਓ, ਪੁਰਾਣੀ ਚੀਜ਼ ਦੇ ਉੱਪਰ ਕਲੈਸ਼ ਵੀ ਹੈ, ਬੜਾ ਤਕੜਾ ਕਲੈਸ਼ ਹੈ। ਤੁਸੀਂ ਦੇਖੋ ਨਾ, ਜਦ ਦਾ ਇੰਟਰਨੈਟ ਦੇ ਉੱਪਰ ਲੈਂਗੁਏਜਿਸ ਆਈਆਂ ਨੇ, ਅਸੀਂ ਮੈਂ ਅਤੇ ਲਹਿਲ ਸਾਹਿਬ ਕਰ ਰਹੇ ਸੀ ਰਿਸਰਚ, ਇਹ ਮੈਂ ਤੁਹਾਨੂੰ ਪੁਰਾਣੀ ਗੱਲ ਦੱਸ ਰਿਹਾ, 10-15 ਸਾਲ, ਉਦੋਂ 6600 ਰਹਿ ਗਈਆਂ ਸੀ, ਪਹਿਲਾਂ 10,000 ਸੀ, ਇੰਟਰਨੈਟ ਆਉਣ ਤੋਂ ਬਾਅਦ ਲੈਂਗੁਏਜਿਸ ਵਰਲਡ ਦੇ ਵਿੱਚ 6600 ਰਹਿ ਗਈਆਂ, ਬੋਲੀਆਂ ਖਤਮ ਹੋ ਗਈਆਂ। ਹੁਣ ਵੀ ਕਹਿ ਰਹੇ ਕਿ ਜਿਹੜੀ ਹਰ 15 ਦਿਨਾਂ ਬਾਅਦ ਇੱਕ ਭਾਸ਼ਾ ਮਰ ਰਹੀ ਹੈ, ਸੰਸਕ੍ਰਿਤ ਨੂੰ ਅਸੀਂ ਕਹੀ ਜਾ ਰਹੇ ਹਾਂ ਵੀ ਸੰਸਕ੍ਰਿਤ ਰਿਵਾਈਵ ਕਰੋ, ਫਲਾਣਾ ਕਰੋ, ਮਤਲਬ ਜਿਹਨੂੰ ਯੂਜ਼ ਨਹੀਂ ਕਰਨਗੇ ਜਿਹੜੀ ਚੀਜ਼ ਨੂੰ ਲੋਕ, ਉਹ ਨਹੀਂ ਰਹਿਣੀ ਉਹ, ਬਿਲਕੁਲ। ਅੱਛਾ ਹੁਣ ਤੁਸੀਂ ਆਹ ਦੇਖੋ, ਮੈਂ ਤੁਹਾਨੂੰ ਟਿਪੀਕਲ ਐਗਜ਼ਾਮਪਲ ਆਪਣੀ ਯੂਨੀਵਰਸਿਟੀ ਦੀ ਦਿੰਦਾ, ਆਪਣੇ ਰੋਸ਼ਨ ਦੀ ਦੁਕਾਨ ਤੁਸੀਂ ਦੇਖੀ ਹੋਣੀ ਹੈ, ਰੋਸ਼ਨ ਨੂੰ ਅਜੇ ਵੀ ਤੁਸੀਂ ਕਹੋ ਤਾਂ ਉਹ 150-200 ਰਕਮਾਂ ਨੇ ਜਿਹੜੀਆਂ ਉਹਦਾ ਜਵਾਨੀ ਟੋਟਲ ਕਰ ਦਿੰਦੇ, ਟੋਟਲ ਕਰ ਦਿੰਦੇ ਆ। ਉਹਦਾ ਬੇਟਾ ਜਿਹੜਾ 2 ਰਕਮਾਂ ਬੇਸਿਕਲੀ ਬਿਨਾਂ ਕੈਲਕੂਲੇਟਰ ਤੋਂ ਬਿਨਾਂ ਨਹੀਂ ਕਰ ਸਕਦਾ, ਕੋਈ ਕੋਈ ਬੱਚਾ ਵੀ ਨਹੀਂ ਕਰ ਸਕਦਾ, ਨੋਟ ਦੈਟ ਡਿਪੈਂਡੈਂਟ ਹੋ ਗਈ, ਮਤਲਬ ਇੱਕ ਜਨਰੇਸ਼ਨ ਦਾ, ਮੈਂ ਤੁਹਾਨੂੰ ਦੂਜੀ ਨਾਲ ਦੱਸਦਾ ਵੀ ਉਹਦੇ ਕੋਲੋਂ ਕਲਾਵਾਂ ਟ੍ਰਾਂਸਫਰ ਨਹੀਂ ਹੋ ਰਹੀਆਂ, ਔਰ ਹੋਣੀਆਂ ਵੀ ਨਹੀਂ ਕਿਉਂਕਿ ਉਹਨਾਂ ਦੀ ਲੋੜ ਨਹੀਂ ਰਹੀ।
ਇਹ ਸਾਡੇ ਨਾ ਮਤਲਬ ਜੋਸ਼ੀ ਸਾਹਿਬ ਕਹਿੰਦੇ ਹੁੰਦੇ ਸੀ, ਬਹੁਤ ਇੰਟਰਸਟਿੰਗ ਗੱਲ ਉਹ ਕਹਿੰਦੇ ਹੁੰਦੇ ਸੀ ਕਲਾਸ ਦੇ ਵਿੱਚ, ਉਹ ਕਹਿੰਦੇ ਵੀ ਪਹਿਲਾਂ ਕੀ ਸੀ ਜਦੋਂ ਵੇਦ ਉਚਰੇ ਗਏ ਤਾਂ ਉਚਾਰਨ 'ਤੇ ਜ਼ੋਰ ਸੀ, ਕਿਉਂਕਿ ਜਵਾਨੀ ਯਾਦ ਕਰਨਾ ਸੀ ਸਾਰਾ ਕੁਛ, ਪਰ ਜਿਨ੍ਹਾਂ ਨੇ ਉਚਾਰੇ ਇੱਕ ਵੇਦ ਵਾਲੇ, ਇੱਕ ਵੇਦ ਵੇਦੀ ਹੋ ਗਏ, ਦੋ ਵਾਲੇ ਦਵੇਦੀ, ਤਿੰਨ ਵਾਲੇ ਤਵੇਦੀ, ਚਾਰ ਵਾਲੇ ਚਤੁਰਵੇਦੀ ਹੋ ਗਏ, ਜਦੋਂ ਲਿਖਤ ਆ ਗਈ, ਕਾਤਿਬ ਆ ਗਏ ਜਦੋਂ ਲਿਖਣ ਵਾਲੇ ਸਾਰੇ, ਉਹ ਕਹਿੰਦੇ ਉਦੋਂ ਖੁਸ਼ਕੱਤੀ 'ਤੇ ਜ਼ੋਰ ਸੀ, ਜਿਹੜਾ ਸੋਹਣਾ ਲਿਖਦਾ ਸੀ, ਕੈਲੀਗ੍ਰਾਫੀ ਉਦੋਂ ਹੋਈ ਡਿਵੈਲਪ, ਮਤਲਬ ਸੋਹਣੇ ਖੁਸ਼ਕੱਤੀ ਦੇ ਪੰਜ ਨੰਬਰ ਹੁੰਦੇ ਸੀ ਆਪਾਂ ਨੂੰ ਪੇਪਰਾਂ 'ਚ ਯਾਦ ਹੋਣਾ, ਬਿਲਕੁਲ ਬਿਲਕੁਲ ਫੱਟੀਆਂ ਲਿਖਦੇ ਸੀ, ਜਦੋਂ ਉਦੋਂ ਬਾਅਦ ਟਾਈਪਿੰਗ ਆ ਗਈ, ਟਾਈਪਿੰਗ ਦੇ ਨਾਲ ਸਪੀਡ 'ਤੇ ਜ਼ੋਰ ਹੋ ਗਿਆ, ਖੁਸ਼ਕੱਤੀ ਕਿਧਰੇ ਹੀ ਗਈ, ਕਿਧਰੇ ਹੋ ਗਈ, ਬਿਲਕੁਲ। ਹੁਣ ਕੰਪਿਊਟਰ ਆ ਗਿਆ, ਹੁਣ ਮੈਮਰੀ ਦਾ ਵੀ ਮਸਲਾ ਖਤਮ ਹੋ ਗਿਆ, ਮੈਮਰੀ ਕੰਪਿਊਟਰ ਦੇ ਵਿੱਚ ਹੈ ਸਾਰਾ ਕੁਝ। ਸੋ ਹੋ ਤਾਂ ਇਹ ਹੈ ਕਿ ਅਸੀਂ ਆਪਣੀਆਂ ਕਪੈਸਿਟੀਜ਼ ਨੇ ਜਿਹੜੀਆਂ ਉਹ ਟੈਕਨੋਲੋਜੀ ਨੂੰ ਦੇ ਰਹੇ ਹਾਂ, ਐਕਸਟਰਨਲਾਈਜ਼ ਕਰ ਰਹੇ ਹਾਂ। ਚਾਹੀਦਾ ਤਾਂ ਇਹ ਵੀ ਜਿੰਨਾ ਸਪੇਸ ਵਿਹਲਾ ਹੋ ਗਿਆ ਮਨ ਦਾ, ਉਹਨੂੰ ਕਿਸੇ ਹੋਰ ਵੱਡੇ ਕੰਮ 'ਚ ਲਾਇਆ ਜਾਵੇ, ਲੇਕਿਨ ਉਲਟੇ ਪਾਸੇ ਵਰਤਣਾ ਸ਼ੁਰੂ ਹੋ ਗਿਆ, ਪੁੱਠੇ ਪਾਸੇ ਰਿਹਾ। ਸੋ ਗੱਲਾਂ ਤਾਂ ਬੜੀਆਂ ਨੇ, ਪਰ ਗੱਲ ਇਹ ਆ ਕਿ ਜਿਹੜੀਆਂ ਸਾਡੀਆਂ ਰਵਾਇਤੀ ਸਾਡੀਆਂ ਲੋਕ ਕਲਾਵਾਂ ਨੇ, ਸਾਡੇ ਕੋਲ ਆਰਟ ਫੈਕਟਸ ਨੇ ਜਿਹੜੇ ਆ, ਉਹਨਾਂ ਨੂੰ ਸਮਝਣ ਦੀ ਲੋੜ ਹੈਗੀ ਹੈ। ਉਹਨਾਂ ਤੋਂ ਨਿਕਲ ਕੇ ਹੀ ਅਸੀਂ ਅੱਜ ਦੇ ਜ਼ਮਾਨੇ ਤੱਕ ਜਿਹੜੇ ਆ ਉਹ ਪਹੁੰਚੇ ਹਾਂ। ਅਤੇ ਇਹ ਨਹੀਂ ਕਿ ਜੇ ਅੱਜ ਤੁਸੀਂ ਤੁਹਾਡੇ ਕੋਲ ਕੰਪਿਊਟਰ ਹੈ, ਅੱਜ ਤੁਹਾਡੇ ਕੋਲ ਟੈਕਨੋਲੋਜੀ ਹੈ, ਅੱਜ ਤੁਹਾਡੇ ਕੋਲ ਮੋਬਾਈਲ ਹੈ, ਤਾਂ ਤੁਸੀਂ ਸਮਝਦੇ ਹੋ ਕਿ ਸਾਰੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਦੀ ਕੋਈ ਵੈਲਿਊ ਨਹੀਂ। ਜੇਕਰ ਅਸੀਂ ਆਪਣੇ ਪੁਰਾਣੇ ਜਿਹਨੂੰ ਵਿਰਸਾ ਕਹਿੰਦੇ ਹਾਂ ਅਸੀਂ, ਉਹਨੂੰ ਨਹੀਂ ਸਮਝਾਂਗੇ ਨਾ, ਤਾਂ ਫਿਰ ਅਸੀਂ ਆਪਣੇ ਸੱਭਿਆਚਾਰ ਨਾਲੋਂ ਵੀ ਟੁੱਟਾਂਗੇ, ਅਤੇ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨ ਵੀ ਹੋਵਾਂਗੇ। ਜਿਵੇਂ ਭੱਟੀ ਸਾਹਿਬ ਨੇ ਕਿਹਾ ਕਿ ਦਿਮਾਗ ਸਾਡੇ ਦੇ ਵਿੱਚੋਂ ਬਹੁਤ ਸਾਰੀ ਸਪੇਸ ਖਾਲੀ ਹੋ ਗਈ ਹੈ, ਸਪੇਸ ਕੰਪਿਊਟਰ ਨੇ ਲੈ ਲਈ ਹੋਈ ਹੈ, ਉਹਦੀ ਮੈਮਰੀ 'ਚ ਚਲੀ ਗਈ ਹੈ, ਸਭ ਕੁਝ ਮਿਲਦਾ ਤੁਹਾਨੂੰ ਉੱਥੋਂ। ਪਰ ਜਦੋਂ ਦਿਮਾਗ ਖਾਲੀ ਹੋ ਜਾਂਦਾ ਤਾਂ ਫਿਰ ਉਹ ਕੋਈ ਨਾ ਕੋਈ ਖੁਰਾਫਾਤ ਵੀ ਜਿਹੜਾ ਕਰ ਸਕਦਾ ਹੈ, ਵਿਹਲਾ ਮਨ ਸ਼ੈਤਾਨ ਦਾ ਚਰਖਾ। ਸੋ ਸਾਨੂੰ ਆਪਣੀਆਂ ਜਿਹੜੀਆਂ ਬੇਸਿਕ ਕਲਾਵਾਂ ਨੇ ਉਹਨਾਂ ਨੂੰ ਜਿੰਦਾ ਰੱਖਣਾ ਬੜਾ ਜ਼ਰੂਰੀ ਹੈ। ਸਾਡਾ ਉਚਾਰਨ, ਸਾਡਾ ਖੁਸ਼ਖਤ, ਸਾਡਾ ਸੋਚਣਾ, ਸਾਡਾ ਸੋਚ ਕੇ ਕੁਝ ਉਹਦੇ ਵਿੱਚੋਂ ਅੱਗੇ ਨਵਾਂ ਉਭਾਰਨਾ, ਸਾਡੇ ਗੀਤ, ਸਾਡੇ ਲੋਕ ਗੀਤ, ਸਾਡੇ ਭੰਗੜਾ ਗਿੱਧਾ ਲੋਕ ਨਾਚ, ਔਰ ਸਾਡੀਆਂ ਜਿਹੜੀਆਂ ਕਲਾਵਾਂ ਨੇ ਜਿਹਦੇ ਵਿੱਚ ਅਸੀਂ ਜ਼ਿਕਰ ਬਥੇਰਾ ਕਰ ਚੁੱਕੇ ਹਾਂ, ਇਹਨਾਂ ਨੂੰ ਨਾਲ ਲੈ ਕੇ ਜਿੰਨਾ ਚਿਰ ਨਹੀਂ ਚੱਲਾਂਗੇ ਤਾਂ ਅਸੀਂ ਫਿਰ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਪਛਤਾਵਾਂਗੇ। ਭੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ, ਅਤੇ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।